ਮਿੱਤਰ ਪਿਆਰੇ ਆ ਗਏ ਮਿੱਤਰ ਪਿਆਰੇ ਚੰਦ ਵਾਂ ਚੱਲਿਆ ਚੜਾਣ ਰੌਣਕ ਮੇਲਾ ਲਾਉਂਦੇ ਨੇ ਜਾਣਾ ਧੁਰ ਤਾਂ ਕਹਿਣ ਅੱਜ ਪੂਰਾ ਚਿੱਲ ਕਰਦੇ ਨੇ ਜਾਣਾ ਅੱਜ ਦਿੱਲੀ ਵਾਲਾ ਬਲੌਗ ਕਾਫੀ ਭਰਾ ਕਹਿੰਦੇ ਸੀ ਦਿੱਲੀ ਵਾਲਾ ਬਲੌਗ ਦਿੱਲੀ ਵਾਲਾ ਬਲੌਗ ਬਹੁਤ ਕਮੈਂਟ ਆਉਂਦੇ ਸੀ ਅੱਜ ਮੈਂ ਭਰਾਵਾਂ ਦੀ ਮੰਨ ਲੈਂਦੇ ਹਾਂ ਅੱਜ ਦਿੱਲੀ ਵਾਲਾ ਬਲੌਗ ਵੀ ਕਰਦੇ ਹਾਂ 2-4-3 ਸਾਲ ਬਾਅਦ ਚੋਂ ਦਿੱਲੀ ਏਅਰਪੋਰਟ ਚੱਲੇ ਹਾਂ 3 ਸਾਲ ਬਾਅਦ ਸਾਲ ਬਾਅਦ ਦਿੱਲੀ ਏਅਰਪੋਰਟ ਚੱਲੇ ਹਾਂ ਕਾਫੀ ਟਾਈਮ ਹੋ ਗਿਆ ਸੀਗਾ ਅਤੇ ਅੱਜ ਸਾਰੇ ਭਰਾਵਾਂ ਦੀ ਖੁਆਇਸ਼ ਪੂਰੀ ਕਰਨੀ ਸਾਰਾ ਕੁਛ ਦਿਖਾਉਣੇ ਤੁਹਾਨੂੰ ਮੁੜ ਕੇ ਕਿੱਥੇ ਖੜ੍ਹਦੇ ਸੀ ਕਿਆ ਕਰਦੇ ਸੀ ਕਿੱਦਾਂ ਕਿੱਦਾਂ ਜਾਂਦੇ ਸੀ ਸਾਰਾ ਕੁਛ ਦਿਖਾਉਣੇ ਆਪਣੇ ਭਰਾਵਾਂ ਨੂੰ ਅੱਜ ਫੁੱਲ ਰਿਵਿਊ ਕਰਾਂਗੇ ਫੁੱਲ ਰਿਵਿਊ ਬਹੁਤ ਪੁਰਾਣੇ ਜਾਂਦੇ ਤੁਸੀਂ ਦੱਸ ਇਹਨੂੰ ਮੋਟੂ ਨਿਆਣਿਆਂ ਕਰਕੇ ਜੇ ਕਿਤੇ ਛੜਾ ਛਾਂਟ ਹੁੰਦਾ ਫੇਰ ਇਹਨੂੰ ਪਰਵਾਹ ਨਾ ਕੋਈ ਸਹੀ ਗੱਲ ਨਿਆਣੇ ਆ ਇਹਦੇ ਹੁੰਦਾ ਇੱਕ ਖੁਸ਼ੀ ਆ ਇੱਕ ਥੋੜੀ ਦੂਜਾ ਹੁੰਦਾ ਨਿਆਣੇ ਛੱਡ ਕੇ ਜਾਣਾ ਹੈਦਾ ਥੋੜਾ ਜਿਹਾ ਦੂਜਾ ਕਰ ਕਰਕੇ ਤੁਸੀਂ ਜਾਦੇ ਮਨ ਖਰਾਬ ਕਰੀਏ ਅਮਰ ਵਾਲੇ ਢਾਬੇ ਤੱਕ ਕੋਈ ਵੀਡੀਓ ਪਹੁੰਚਾ ਦੇਵੇ ਆਹ ਬੰਦੇ ਨੇ ਮੜਿਆ ਖਿਆਲ ਰੱਖਿਆ ਕਰੋ ਖਾਣ ਪੀਣ ਨੂੰ ਯਾਰ ਘੱਟ ਦਿੰਦੇ ਸੀ ਇਹਨਾਂ ਨੂੰ ਭਲਵਾਨ ਵਾਲੇ ਜਿੱਥੇ ਜਿੱਥੇ ਮੇਰੇ ਭਰਾ ਰੋਕਦੇ ਆ ਮੜਿਆ ਕਹਿ ਦੇ ਯਾਰ ਆਹ ਬੰਦੇ ਕੰਮ ਹੀ ਸਾਡੇ ਦਾ ਖਿਆਲ ਰੱਖਿਆ ਕਰੋ ਇਹਨੂੰ ਖਾਣ ਪੀਣ ਨੂੰ ਘੱਟ ਜਾਣੀ ਜਾਣਾ ਚਾਚਾ ਜਾਂਦੇ ਇਹਨੂੰ ਕਹਿ ਦਿੰਦਾ ਹਾਂ ਫਿਰ ਖਾਣ ਪੀਣ ਨੂੰ ਘੱਟ ਦਿੰਦੇ ਆ ਆਮਲੇਟ ਲੈ ਕੇ ਆਵਾਂ ਮੈਂ ਕਹਾਂ ਇਹਨੂੰ ਪਤਾ ਵੀ ਪਹਿਲਾਂ ਆਮਲੇਟ ਹੀ ਖਾਣਾ ਹੈ ਮੇਰਾ ਭਰਾ ਖਿਆਲ ਰੱਖਿਆ ਕਰੋ ਕਿਤਾ ਸਾਣ ਕਲੀਨ ਕਲੀਨ ਕਰ ਕਹਿੰਦੇ ਕੰਮ ਇਨਸਾਹ ਤਾਣਾ ਚੂਹਾ ਕੱਢ ਕੇ ਸਾਣ ਹੋਏ ਨੱਕੇ ਇੰਨਾ ਕਾ ਓਵਰ ਰੇਸ ਹੋਈ ਉਹ ਕਲੀਨ ਕਰਦੀ ਪ੍ਰਦੂਸ਼ਣ ਕਲੀਨ ਕਰ ਚੰਦ ਵਾਜੀ ਕਹਿੰਦਾ ਚੂਹੇ ਕੱਢ ਹੀ ਜਾਂਦਾ ਭਾਜੀ ਕਹਿੰਦਾ ਚੂਹੇ ਕੱਢੂਗਾ ਤਾਂ ਹੀ ਸਾਹ ਆਊਗਾ ਇਹਨੂੰ ਨੱਕੇ ਇੰਨਾ ਕਹਿੰਦਾ ਕਲੀਨ ਕਰਨ ਵਾਲੀ ਨੱਕ ਦੇਖੋ ਪਰਚੀ ਮਾਣੀ ਸੀ ਯਾਰ ਹੱਦ ਯਾਰ ਅੱਧਾ ਹੱਕਦਾਰ ਹੈ ਨੀ ਇਹ ਹੁਣ ਪੈਸੇ ਲੈਣ ਦੇ ਫਾਸਟੈਗ ਦੇ ਗੁੱਡੀ ਕਰਾ ਮੇਰੀ ਨਾ ਗੱਲ ਮਾੜੀ ਜੀ ਬੀਬੀ ਨਾਲ ਆਹ 5-7 ਮਿੰਟ ਅਸੀਂ ਸ਼ੁਭ ਕੰਮ ਨੂੰ ਚੱਲੇ ਆਂ ਆਹ ਖੜਾ ਲਿਆ ਗੱਡੀ ਸਾਈਡ ਤੇ ਸਹੀ ਗੱਲ ਆ ਵਾਹਿਗੁਰੂ ਜੀ
ਮਿਹਰ ਭਰਿਆ ਹੱਥ ਰੱਖੇ ਸਾਡੇ ਤੇ ਵੀ, ਬਾਬਾ ਮਿਹਰ ਭਰਿਆ ਹੱਥ ਰੱਖੇ ਸਾਡੇ ਤੇ ਵੀ ਤੁਹਾਡੇ ਤੇ ਵੀ। ਬਾਬੇ ਉਹ ਸੋਲਕੀਆਂ ਪਹੁੰਚ ਗਈਆਂ, ਸੋਲਕੀਆਂ ਹੁਣ ਆਪਾਂ ਆਹ ਪੰਪ ਤੇ ਤੇਲ ਪਵਾਈਦਾ, ਪਾਣੀ ਆਪਾਂ ਫੁੱਲ ਕਰਾ ਕੇ ਜਾਈਦੀ, ਜਦ ਵੀ ਦਿੱਲੀ ਨੂੰ ਜਾਈਦਾ ਬਹੁਤ ਟਾਈਮ ਦਾ ਤੇਲ ਆਪਾਂ ਇੱਥੋਂ ਪਵਾਈਦਾ। ਆਹ ਕਿਆ ਕਰ ਲੈਣਾ ਉਹਨਾਂ ਪਿੰਡਾਂ ਵਾਲੇ ਕੰਮ ਕਿ ਰੱਖ ਕਰ ਹੀ ਥੱਲੇ, ਤੇ ਨਾਲ ਸਾਬੇ ਵੀ ਹੈ ਨਾਲ ਕੈਫੇ ਵੀ ਹੈ ਜੇ ਤੁਸੀਂ ਖਾਣਾ ਪੀਣਾ ਹੋਵੇ। ਮੁੰਡੇ ਨੇ ਘੜੀ ਲਾ ਲਈ, NRI ਬਣ ਕੇ ਜਾਣਾ, NRI ਬਣ ਕੇ ਮਤਲਬ ਗੂਗਲ ਸ਼ਰਟ ਪਾਣੀ ਆ, ਐਨਕਾਂ ਦੇਖਣੀਆਂ, ਦਿਖਾਓ ਤਾਂ ਕਿੱਦਾਂ ਦੀਆਂ ਅਰੇ ਸ਼ਰਟ ਪਾਣੀ ਮੁੰਡੇ ਨੇ, ਪੈਂਟ ਪਾਣੀ, ਸ਼ੂ ਪਾਣੀ, ਕਹਿੰਦੇ ਉੱਥੇ ਇੱਕ ਤਿਆਰ ਹੋਊਗਾ, ਗਰਮੀ ਬਹੁਤ ਸੀ ਤਾਂ ਇੱਥੋਂ ਓਲਡ ਕੱਪੜੇ ਪਾ ਲਏ, ਉੱਥੇ ਜਾ ਕੇ ਨਾ ਲਾਗੇ ਜਾ ਕੇ ਫਿਰ ਪੂਰਾ ਯੂਨੀਫਾਰਮ ਚ ਆਊਗਾ ਬਾਈ, NRI ਬਣ ਕੇ ਜਾਣਾ ਬਾਈ ਨੇ। ਪਜਾਮਾ ਆਹੋ ਉੱਚਾ ਰਹਿੰਦਾ ਮਾੜਾ ਪੂਰਾ ਹੀ ਅਮਰੇ ਕਰਦੀ, ਆਪਣੀ ਟੈਂਕੀ ਫੁੱਲ ਹੋ ਗਈ ਆ, ਇੱਥੋਂ ਪਵਾ ਕੇ ਜਾਈਦਾ ਮੁੜ ਕੇ, ਇੱਥੇ ਪਵਾ ਲਈਆ, ਬਹੁਤ ਬੈਸਟ ਤੇਲ ਆ ਭਾਰਤੀ ਪੈਟਰੋਲ ਪੰਪ ਦਾ ਯਾਰ, ਸਿਰਾ ਪੀਲੀ ਪਲੇਟ ਪੀਲਾ ਪੰਪ ਮੈਚਿੰਗ ਹੋ ਗਈ ਵੈਸੇ ਵੀ। ਅੱਜ ਸਾਰੇ ਟੈਕਸੀਆਂ ਵਾਲੇ ਤੁਰੇ ਹੋ ਆਪੇ ਡਰਾਈਵਰ ਹੈ, ਸਾਰੇ ਟੈਕਸੀਆਂ ਵਾਲੇ ਆਪੇ ਚੱਲੇ, ਅੱਜ ਸਵਾਰੀ ਕਿਹੜੀ ਹੈ ਛੱਡਣਾ, ਅੱਜ ਕੋਈ ਵੀ ਨਹੀਂ, ਸਭ ਟੈਕਸੀਆਂ ਵਾਲੇ ਤੁਰੇ ਹੋ। ਫੜਦਾ ਨੀ ਸ਼ੁਰੂ ਤੋਂ ਸਵੇਰ ਦਾ ਹੀ ਗੱਡੀ 'ਚ ਬੈਠਾ, ਇੱਕ ਮਿੰਟ ਨੀ ਚੁੱਪ ਹੋਇਆ, ਇੱਕ ਮਿੰਟ ਪਤਾ ਨੀ ਕਾਹਦਾ ਸੰਗਾ ਇਸ ਬੰਦੇ ਦਾ, ਦਿੱਲੀ ਤੱਕ ਜਾਣਾ 320 ਕਿਲੋਮੀਟਰ ਪਿਆ, ਪਤਾ ਨੀ ਕਿੱਦਾਂ ਕੱਢਣਾ, ਬੰਦਾ ਸਵੇਰ ਦਾ ਚੁੱਪ ਨੀ ਹੁੰਦਾ, 320 ਕਿਲੋਮੀਟਰ ਪਿਆ ਪਿੱਛੇ ਬੈਠ ਕੇ ਜਾਣਾ ਨਜ਼ਾਰੇ ਲੈਂਦੇ ਨੇ। ਅੱਜ ਬਿਲਡਿੰਗਾਂ ਬਿਲਡਿੰਗਾਂ, ਫਲੈਟ ਏ ਫਲੈਟ, ਚੰਡੀਗੜ੍ਹ ਦਾ ਨਜ਼ਾਰਾ ਹੀ ਆ ਚੰਡੀਗੜ੍ਹ ਦਾ। ਫਾਈਨਲੀ ਅੰਬਾਲੇ ਪਹੁੰਚਣ ਲੱਗੇ ਆ, ਹੁਣ ਇੱਕ ਨੰਬਰ ਕਰਨ ਲੱਗੇ, ਇੱਕ ਨੰਬਰ ਨੇ ਗੱਡੀ ਰੋਕੀ ਆ, ਸਵੇਰੇ ਸਵੇਰੇ ਯਾਰ ਆਉਂਦਾ ਬਹੁਤ ਇੱਕ ਨੰਬਰ ਭਾਈ, ਪਾਣੀ ਜ਼ਿਆਦਾ ਪੀ ਹੋ ਜਾਂਦਾ, ਸਿੱਧਾ ਪਹੁੰਚ, ਇਹਦੇ ਬਾਅਦ ਚੋਂ ਸਟੋਪ ਆਪਾਂ ਕਰਨਾ ਸ਼ਾਹਵਾ ਦਾ ਮਨ ਢਾਬੇ ਦੇ। ਮੈਨੂੰ ਜੇ ਸ਼ੋਟ ਲੈਣ ਲੱਗੇ ਆ ਫੋਨ ਦੀ, ਨਾ ਸਟੋਰਿੰਗ ਇੰਨੀ ਹੈ ਨਹੀਂ, ਖਾਲੀ ਮੇਰਾ ਪੂਰਾ ਬਲੌਗ ਕੈਪਚਰ ਹੋ ਜਾਵੇ, ਤਾਂ ਕਰਕੇ ਥੋੜ੍ਹੇ ਸ਼ੋਟ ਘੱਟ ਲੈ ਰਿਹਾ, ਪੂਰੇ ਸ਼ੋਟ ਲਊਂਗੇ, ਜਿੱਥੇ ਜਿੱਥੇ ਰੁਕਾਂਗੇ ਕਿਆ ਕਰਾਂਗੇ, ਜਾਣਾ ਬੰਦਾ ਨਹੀਂ ਜਾਣਦਾ, ਇੰਨਾ ਚੁੱਪ ਕਰਨਾ ਦਿਮਾਗ ਖਾਧਾ ਕਹਿੰਦੇ ਤੇ ਕਿਆ ਕਰਨਾ। ਸ਼ਾਹਵਾ ਦਾ ਐਂਟਰ ਹੋ ਗਿਆ, ਕਰੋ ਬਾਬੇ ਬਾਬੇ ਨਗੱਜਾ ਪੀਰ ਦੀ ਜਗ੍ਹਾ ਦੇ ਦਰਸ਼ਨ, ਇੱਥੇ ਆਪਾਂ ਮੱਥਾ ਟੇਕ ਕੇ ਜਾਈਏ, ਅੱਜ ਕਾਲੀ ਅੱਜ ਆਪਾਂ ਲੰਘ ਚੱਲੇ, ਤੇ ਬਾਹਰੋਂ ਟੇਕ ਤਾਂ ਜੈ ਬਾਬੇ ਦੀ ਮਿਹਰ ਭਰਿਆ ਹੱਥ ਰੱਖੀ ਸਾਡੇ ਤੇ ਵੀ ਤੁਹਾਡੇ ਤੇ। ਬੇ ਮਿੱਤਰੋ ਅਮਨ ਢਾਬੇ ਦੇ ਆ ਗਏ ਆ, ਸਾਡਾ ਪਹਿਲਾ ਸਟਾਪ ਅਮਨ ਪਿਕਨਿਕ ਜਾ, ਅਗਲਾ ਹੋਣਾ ਸਾਡਾ ਮੁਰਤਲ ਭਲਵਾਨ ਦੇ, 70 ਮਾਈਲ ਦੇ ਜਾਂ ਸ਼ਿਵਾ ਦੇ 70 ਮਾਈਲ ਲਾਣੀਆਂ ਜਿੱਦਾਂ ਪਹਿਲਾਂ 8-9 ਸਾਲ ਲਗਾਤਾਰ ਚੱਲਿਆ, ਤੇ ਇੱਕ ਮਿੰਟ ਅਮਨ ਢਾਬਾ, ਮੈਂ ਕਿਹਾ ਯਾਦਾਂ ਤਾਜ਼ੀਆਂ ਕਰੀਏ ਯਾਰ, ਇੱਥੇ ਆ ਕੇ ਫੀਲ ਜਿਹਾ ਆਉਂਦਾ, ਖੁਸ਼ੀ ਜਿਹੀ ਹੁੰਦੀ ਆ ਬਈ, ਯਾਦਾਂ ਤਾਜ਼ੀਆਂ ਹੁੰਦੀਆਂ ਪੁਰਾਣੀਆਂ, ਜੰਗਲੇ ਲਾ ਲਾ ਕੇ ਟੈਚੀ ਰੱਖ ਰੱਖ ਕੇ ਟੀਸੀਆਂ ਕੱਢ ਕੱਢ ਕੇ ਆ ਕੇ ਹਾਂ ਇੱਥੇ ਰੁਕਦੇ ਹੁੰਦੇ ਸੀਗੇ, ਰਾਣੀ ਲਾਤੀ ਆ ਛਾਵੇ 74-16 ਮੁੰਡਾ ਸਿੱਖੀ ਸਰੂਪ ਚੈਨ ਵਧੀਆ ਆਊਗਾ ਫਿਰ ਜਾਊਗਾ ਦਿੱਲੀ, ਭਾਈ 6 ਦਿਨ ਸਾਡੇ ਕੋਲ ਟਾਈਮ ਪੂਰਾ ਟਾਈਮ ਘੱਟ ਹੈ, ਦਿਨ ਨੂੰ ਟ੍ਰੈਫਿਕ ਬਹੁਤ ਟੱਕਰਦਾ ਉਹਦੇ ਕਰਕੇ ਨਾ ਟਾਈਮ ਘੱਟ ਆ, ਆਪਾਂ ਬਹੁਤਾ ਟਾਈਮ ਰੁਕਣਾ ਨਹੀਂ, ਬਸ ਇੱਕ ਅੱਧਾ ਇੱਥੋਂ ਪਰੌਂਠਾ ਖਾ ਕੇ ਨਿਕਲ ਜਾਣਾ ਆਪਾਂ ਸਿੱਧਾ ਏਅਰਪੋਰਟ ਨੂੰ, ਅਤੇ ਉੱਥੇ
ਮੋਟਰ ਮਾਰਾਂਗੇ ਬ੍ਰੇਕ ਆਪਣੇ 70 ਮਾਈਲ ਦੇ ਮੋਟਰ ਦੇ ਪਰਨਾ ਬੰਨ ਲਿਆ ਸਿੱਖੀ ਸਰੂਪ ਚ ਆ ਗਿਆ ਮੁੰਡਾ ਵਧੀਆ ਤਰ੍ਹਾਂ ਹੁਣ ਖਾਈਏ ਪਰੌਂਠਾ ਹਲਕਤਾ ਪਰਨਾ ਜਦੋਂ ਹਰਕਤਾਂ ਵਾਸ ਸਹੀ ਗੱਲ ਆ ਵਿਊ ਬੜਾ ਘੈਂਟ ਆਉਂਦਾ ਯਾਰ ਸਿਰਾ ਯਾਦਾਂ ਤਾਜ਼ੀਆਂ ਹੁੰਦੀਆਂ ਨਾ ਜ਼ਿਆਦਾ ਨਜ਼ਾਰਾ ਆਉਂਦਾ ਜਾਂ ਯਾਦਾਂ ਤਾਜ਼ੀਆਂ ਹੁੰਦੀਆਂ ਭਾਅ ਜੀ ਸਿਰਾ ਹੀ ਆ ਮਾਹੌਲ ਭਾਅ ਜੀ ਬਹੁਤ ਟਾਈਮ ਬਾਅਦ ਯਾਦਾਂ ਤਾਜ਼ੀਆਂ ਹੁੰਦੀਆਂ ਅਮਨ ਢਾਬੇ ਦੀਆਂ ਕਿਆ ਬਾਤ ਅਮਨ ਢਾਬੇ 'ਤੇ ਪਹੁੰਚ ਕੇ ਆਪਾਂ ਮੰਗਾ ਲਏ ਆ ਮਿਕਸ ਪਰੌਂਠੇ ਅਤੇ ਨਾਲ ਮੰਗਾਇਆ ਦਹੀਂ ਪਿਆਜ਼ ਵਾਲੇ ਪਰੌਂਠੇ ਭਾਅ ਜੀ ਪਿਆਜ਼ ਵਾਲੇ ਮਿਕਸ ਪਿਆਜ਼ ਵਾਲੇ ਪਰੌਂਠੇ ਮੰਗਾਏ ਆਪਾਂ ਨਾਲ ਮੰਗਾਇਆ ਦਹੀਂ ਅਤੇ ਕੰਮ ਆਪਣਾ ਚੱਲ ਗਿਆ ਡਰਾਈਵ ਰੂਮ 'ਚ ਕੰਮ ਆ ਉੱਧਰ ਜਾ ਕੇ ਬਾਹਰ ਦਊਗਾ ਡਰਾਈਵ ਰੂਮ 'ਚ ਅਤੇ ਆਪਾਂ ਖਾਣ ਲੱਗੇ ਇਕੱਠੇ ਚਾਰੇ ਇੱਕੋ ਜਗ੍ਹਾ ਇੱਕੋ ਟੇਬਲ 'ਤੇ ਆਪਾਂ ਮੰਗਾ ਲਿਆ ਜਿਹੜੀ ਆਪਾਂ ਰੋਟੀ ਪਾਣੀ ਖਾ ਲਿਆ ਸਾਡਾ ਡਰਾਈਵਰ ਸਾਤੋਂ ਪਹਿਲਾਂ ਵਿਹਲਾ ਹੋ ਗਿਆ ਭਰਾਵਾ ਡਰਾਈਵਰ ਦੀ ਚੜ੍ਹਾਈ ਹੈ ਸਾਡੇ ਨਾਲ ਵਧੀਆ ਇਹ ਠੰਡਾ ਚੱਕੀ ਫਿਰਦਾ ਫੈਂਟ ਚੱਕੀ ਫਿਰਦਾ ਹੈਗੀ ਚੜ੍ਹਾਈ ਡਰਾਈਵਰ ਦੀ ਭਾਅ ਜੀ ਪੂਰੀ ਹੈ ਭਾਅ ਜੀ ਡਰਾਈਵਰ ਸਾਤੋਂ ਪਹਿਲਾਂ ਵਿਹਲਾ ਹੋ ਗਿਆ ਲੈ ਮੈਂ ਉਸਤਾਦ ਲਿਚ ਲਿਚ ਕਰਦੀ ਚਾਹ ਆ ਗਈ ਆ ਕੰਮ ਸ਼ੁਕਰ ਵਾਲੀ ਹਮਾਰੀ ਵਾਲੀ ਮੈਂ ਫੁੱਲ ਸ਼ੂਗਰ ਉਸਤਾਦ ਇਸਮੇ ਫੁੱਲ ਸ਼ੂਗਰ ਹੈ ਥੈਂਕ ਯੂ ਫੁੱਲ ਸ਼ੂਗਰ ਨਾਲ ਤਾਂ ਭਰਾਵਾ ਡਰਾਈਵਰ ਦਾ ਰੁਤਬਾ ਉੱਚਾ ਸਵਾਰੀ ਨੇ ਚਾਹ ਪੀਤੀ ਡਰਾਈਵਰ ਰੈੱਡ ਬੁੱਲਾਂ ਪੀਣ ਲੱਗਿਆ ਸਾਡੇ ਨਾਲ ਲੈਵਲ ਤਾਂ ਇਹਦਾ ਵਧੀਆ ਨਹੀਂ ਹੈ ਭਾਅ ਜੀ ਸਵਾਰੀ ਨੂੰ ਚਾਹ ਪੀਣ ਲੱਗੀ ਉਹ ਇਹਦੇ ਡਰਾਈਵਰ ਸਾਹਿਬ ਹੈਲ ਪੀਣ ਲੱਗੇ ਉਹ ਅੱਜ ਰੈੱਡ ਬੁੱਲ ਡਰਾਈਵਰ ਸਾਹਿਬ ਨੇ ਚੜ੍ਹਾਈ ਆ ਲੈ ਬਈ ਮਿੱਤਰ ਪਿਆਰੇ ਆ ਸਾਡੇ ਡਰਾਈਵਰ ਸਾਹਿਬ ਦਾ ਰੁਤਬਾ ਦੇਖੋ ਅਸੀਂ ਸਾਰੇ ਚਾਹ ਪੀਤੀ ਸਾਡੇ ਡਰਾਈਵਰ ਸਾਹਿਬ ਨੇ ਰੈੱਡ ਬੁੱਲ ਨਜ਼ਾਰਾ ਆ ਗਿਆ ਢਿੱਡ ਹੋ ਗਿਆ ਫੁੱਲ ਅੱਜ ਫੀਲਿੰਗ ਪੂਰੀ ਐਨ ਆਰ ਆਈ ਵਾਲੀ ਲੈ ਅੱਜ ਤੁਹਾਡਾ ਭਰਾ ਚੱਲਿਆ ਕਨੇਡਾ ਬਾਏ ਬਾਏ ਟਾਟਾ ਚਾਚਾ ਥੈਂਕ ਯੂ ਯਾਰ ਚਾਚਾ ਨਾ ਸਾਨੂੰ ਭਾਪ ਚੜ੍ਹਾ ਚਾਚਾ ਟਾਕੀਆਂ ਖੋਲ੍ਹ ਕੇ ਭਰ ਲੱਪਿਆ ਢਾਬਾ ਅੱਜ ਬਾਈ ਸਾਡਾ ਡਰਾਈਵ ਕਰ ਲੱਗਿਆ ਆਪਾਂ ਪਿੱਛੇ ਬੈਠੇ ਫੀਲਿੰਗਾਂ ਲੈਣ ਜਾਂਦੇ ਪਾਣੀ ਖਾ ਕੇ ਪਰੌਂਠੇ ਖਾ ਕੇ ਬੰਦੇ ਸਾਡੇ ਸੌਂ ਗਏ ਆ ਦੋਵੇਂ ਅਤੇ ਤਾਂ ਹੀ ਨਹੀਂ ਯਾਰ ਮੈਂ ਵੀ ਰੋਟੀ ਖਾਂਦਾ ਨਹੀਂ ਹੁੰਦਾ ਸੀਗਾ ਜ਼ਿਆਦਾ ਮੈਂ ਦਿੱਲੀ ਜਾਂਦਾ ਸੀ ਮੈਂ ਪਰੌਂਠੇ ਰੋਟੀ ਖਾਂਦਾ ਨਹੀਂ ਹੁੰਦਾ ਸੀ ਮੇਰਾ ਤਾਂ ਹੁੰਦਾ ਹੀ ਇੱਦਾਂ ਸੀਗਾ ਜ਼ਿਆਦਾ ਰੋਟੀ ਖਾ ਲੈਣੀ ਤਾਂ ਅੱਧੇ ਘੰਟੇ ਬਾਅਦ ਨੀਂਦ ਆਉਣ ਲੱਗ ਪੈਣੀ ਮੈਂ ਹਲਕਾ ਫੁਲਕਾ ਖਾ ਲੈਂਦਾ ਸੀ ਅਤੇ ਸੈਂਡਵਿਚ ਗ੍ਰਿਲਡ ਸੈਂਡਵਿਚ ਨਾ ਖਾ ਲੈਣਾ ਉਹਨਾਂ ਨੀਂਦ ਨਹੀਂ ਆਉਣੀ ਪਰੌਂਠੇ ਵੈਸੇ ਵੀ ਭਾਰੇ ਹੁੰਦੇ ਆ ਨੀਂਦ ਆਉਂਦੀ ਹੈ ਮਿੱਤਰਾਂ ਪਾਣੀਪਤ ਪਹੁੰਚ ਗਏ ਹਾਂ ਰਾਣੀ ਸਾਹਮਣੇ ਖੜ੍ਹੀ ਆ ਅਤੇ ਮੈਂ ਹੈਲਾਂ ਪੀਏ ਨਾਲੇ ਬਾਥਰੂਮ ਵਗੈਰਾ ਜਾਣਾ ਸੀਗਾ ਨੀਂਦ ਬਹੁਤ ਆਈ ਜਾਂਦੀ ਯਾਰ ਪਰੌਂਠੇ ਖਾ ਕੇ ਕਿਉਂਕਿ ਭਾਰੇ ਹੁੰਦੇ ਨਾ ਤਲਿਓ ਖਾ ਲਏ ਮੈਂ ਖਾਂਦਾ ਹੈ ਨਹੀਂ ਨਾ ਕਰਕੇ ਅਤੇ ਮੈਂ ਹੈਲ ਪੀਂਦਾ ਹੈਲ ਯਾਰ ਰੈੱਡ ਬੁੱਲ ਮੈਂ ਮਿੱਤਰਾਂ ਹੈਲਾਂ ਲੈ ਲਈਆਂ ਨੀਂਦ ਮੈਂ ਘੜਾਈ ਹੈ ਮਾੜੀ ਯਾਰ ਪਰੌਂਠੇ ਖਾ ਕੇ ਨਾ ਸੁਸਤੀ ਪੈਣ ਲੱਗ ਪਈ ਅਤੇ ਮੈਂ ਗੱਲਾਂ ਬਾਤਾਂ ਕਰਦੇ ਜਾਂਦੇ ਯਾਰ ਲੈ ਬਈ ਬਾਈ ਸਾਡਾ ਆ ਗਿਆ ਫਾਰਮ 'ਚ ਯੂਨੀਫਾਰਮ 'ਚ ਨੇਮ ਪਲੇਟ ਵੀ ਲਾਉਣੀ ਭਾਅ ਜੀ ਵਾਈਟ ਵਰਦੀ ਬੜੀ ਘੈਂਟ ਲੱਗਦੀ ਆ ਅਤੇ ਐਨਰਜੀ ਆਪਾਂ ਲੈ ਲਈ ਆ ਇਹ ਪਰੌਂਠਿਆਂ ਦਾ ਕਮਾਲ ਨਹੀਂ ਸੁਸਤੀ ਜੀ ਪੈਂਦੀ ਆ ਅਤੇ ਰਾਣੀ ਖੜੀ ਲਿਛ ਲਿਛ ਕਰਦੀ 74 ਮਿੱਤਰਾਂ 2:51 52 ਹੋ ਗਏ ਮੋਰਥਲ ਟੋਲ ਪਲਾਜ਼ੇ ਤੇ ਪਹੁੰਚ ਗਏ ਹੁਣ ਆਪਾਂ 5 ਮਿੰਟ ਲਈ ਆਪਾਂ ਸਟਾਪ ਮਾਰਾਂਗੇ 70 ਮਾਈਲ ਢਾਬੇ ਤੇ ਟਾਈਮ ਸਾਡੇ ਕੋਲ ਪੂਰਾ 70 ਮਾਈਲ ਬੈਸਟ ਢਾਬਾ ਵਧੀਆ ਉਹ ਆਪਣੀ ਜਗ੍ਹਾ ਸਾਰੇ ਵਧੀਆ ਪਰ ਉੱਥੇ ਆਪਣਾ ਬਾਈ ਲੱਗਿਆ ਨਾ ਸੋਨੂੰ
ਉਹਦੇ ਕਰਕੇ ਆਪਾਂ ਸੋਨੂ ਕਰਕੇ ਭਾਈ ਉੱਥੇ ਰੁਕੀ ਦੇ ਆਪਣੇ ਭਰਾ ਕਰਕੇ ਜਿੱਦਾਂ ਢਾਬਾ ਵੀ ਘੈਂਟ ਆ ਸ਼ੇਵਾ ਮਾਮਾ ਯਾਦਵ ਸਾਰੇ ਢਾਬਿਆਂ ਦਾ ਆਪਾਂ ਰੁਕੇ ਤੇ ਚਾਰ ਪੰਜ ਢਾਬੇ ਦਾ ਆਪਾਂ ਰੁਕਦੇ ਹੁੰਦੇ ਸੀ ਪਹਿਲਾਂ ਝਿਲ ਮਿਲ ਦੇ ਬਹੁਤ ਰੁਕੇ ਭਲਵਾਨ ਦੇ ਤਾਂ ਸ਼ੁਰੂ ਤੋਂ ਰੁਕੇ ਫਿਰ ਸ਼ੇਵਾ ਦਾ ਰੁਕਣ ਲੱਗ ਪਏ ਹੁਣ ਆਪਾਂ ਰੁਕੀ ਦੇ 70 ਮਾਈਲ ਉੱਤੇ ਨਾ ਸਾਰੇ ਢਾਬਿਆਂ ਤਕਰੀਬਨ ਰੁਕੇ ਹੋਏ ਸੁਖਦੇਵ ਦੇ ਵੀ ਤੇ ਹੁਣ 70 ਮਾਈਲ ਚੱਲਦੇ ਆ ਨਾਲੇ ਭਰਾਵਾਂ ਨੂੰ ਦਿਖਾਉਣੇ ਆ ਜਿਹੜੇ ਭਰਾ ਮੇਰੇ ਕਹਿੰਦੇ ਰਹਿੰਦੇ ਆ ਦਿੱਲੀ ਦੇ ਬਲੌਗ ਨੂੰ ਲਾਈਕ ਕਮੈਂਟ ਕਰ ਦਿਓ ਚਾਰ ਚਾਰ ਕਮੈਂਟ ਠੋਕ ਦਿਓ ਮੇਰੇ ਭਰਾ ਇੱਥੇ ਬਹੁਤ ਰੁਕੇ ਪਹਿਲਾਂ ਯਾਰ ਬਹੁਤ ਝਿਲ ਮਿਲਦੇ ਬਹੁਤ ਰੌਣਕ ਹੁੰਦੀ ਸੀ ਇੱਥੇ ਝਿਲ ਮਿਲ ਹੁਣ ਤਾਂ ਪਹਿਲਾਂ ਬਹੁਤ ਵਧੀਆ ਸੀਗਾ 70 ਮਾਈਲ ਨਾਲੇ ਮੰਨਤ ਹੁਣ ਆਪਾਂ ਆਉਣਾ 70 ਮਾਈਲ ਤੋਂ ਨਾਲੇ ਗੁਲਸ਼ਨ ਤੇ ਨਾਲੇ ਆਪਣਾ ਭਲਵਾਨ ਲੈ ਵੇ ਮਿੱਤਰਾ ਰਾਣੀ ਸੁੰਦਰ ਆ ਗਿਆ 74 ਸੋਨਾ 70 ਮਾਈਲ ਤੇ ਮਿਲਾਉਣੇ ਆ ਤੁਹਾਨੂੰ ਆਪਣੇ ਸੋਨੂ ਬਾਈ ਨੂੰ ਜੇ ਇੱਥੇ ਹੋਇਆ ਦੇਣ ਦੀ ਡਿਊਟੀ ਉਹਦੀ ਹੋਈ ਤੇ ਆਪਣਾ ਡਰਾਈਵਰ ਹੀ ਆ ਭਾਈ ਬੜਾ ਚੋਰ ਦਾ 70 ਮਾਈਲ ਤੇ ਆ ਗਿਆ ਹੈ ਰੱਛ ਦਿਨ ਕਰਕੇ ਅੱਜ ਘੱਟ ਹੀ ਆ ਰਾਤ ਨੂੰ ਰੱਛ ਬਹੁਤ ਹੁੰਦਾ ਯਾਰ ਰਾਤ ਨੂੰ ਬਹੁਤ ਰੱਛ ਹੁੰਦਾ ਤੂੰ ਢੇਡ ਤੋਂ ਆਉਂਦਾ ਹੀ ਕੱਪੜਾ ਚੱਕ ਲਿਆ ਕਿਆ ਕਰ ਤੈਨੂੰ ਕੋਈ ਸਿਗਰਟ ਰਾਜਾ ਪੜਦੇ ਨੇ ਇਹਨੂੰ ਪੀਣਾ ਇਹਨਾਂ ਤੋਂ ਚੋਰੀ ਇਹਨੂੰ ਮਗਰ ਪੈ ਆਹ ਕਲੋਰੇ ਹੋਣੀ ਮੈਂ ਦਾਦਾ ਭਾਈ ਨੂੰ ਦਾਦਾ ਕਹਿੰਦਾ ਇਨੋ ਪੀਣਾ ਪਹਿਲਾਂ ਡੱਫੀ ਜਾਂਦਾ ਪਰੌਂਠੇ ਤਲਿਓ ਹੁਣ ਕਹਿੰਦਾ ਇਨੋ ਪੀਣਾ ਲੱਛਣ ਦੇਖਦੇ ਤੇ ਘਟਾਰਾਂ ਦੇ ਚੁੱਪ ਘਟੇ ਘਟਾਰਾਂ ਨੂੰ ਨਾਲੇ ਆ ਲੈ ਭਾਈ ਰਾਣੀ ਸੁੰਦਰਾ ਲੈ ਕੇ ਲਾਤੀ ਆ ਢਾਬੇ ਤੇ ਅੱਜ ਪਹਿਲੀ ਦਿੱਲੀ ਆ ਪਰ ਪਿੱਛੇ ਬੈਠ ਕੇ ਆਏ ਐ ਬਾਈ ਸਾਡਾ ਡਰਾਈਵਿੰਗ ਕਰਕੇ ਆਇਆ ਸਾਡਾ NRI ਭਰਾ ਅੱਜ ਕੈਨੇਡਾ ਵਾਲਾ ਲੈ ਭਾਈ ਮਿੱਤਰਾ ਉਦਾਂ ਆਪਾਂ ਵਜਨ ਕਰਕੇ ਲਿਆਏ ਸੀਗੇ ਮੈਂ ਇੱਕ ਵਾਰ ਵਜਨ ਕਰ ਲਈਏ ਟੱਚ ਹੀ ਆ ਦੁਬਾਰਾ ਯਾਰ ਹੈਨਾ ਇੱਕ ਵਾਰ ਕਰ ਲਿਆ ਸੀ ਇੱਕ ਵਾਰ ਹੋਰ ਕਰ ਲਈਏ ਵਜਨ ਡਾਊਟ ਕਲੀਅਰ ਕਰ ਲਈਏ ਵਜਨ ਕਰ ਲਿਆ ਆਪਾਂ 20 ਕਿਲੋ 220 ਗ੍ਰਾਮ ਸਹੀ ਹੈ ਬਿਲਕੁਲ ਕਿਆ ਗੱਲਬਾਤ ਆ ਯਾਰ ਹੈ ਕੈਨੇਡੀਅਨ ਡਾਲਰ ਸਿਰਾ ਮੋਲ ਤੇ ਇੱਧਰ ਕੈਨੇਡਾ ਝੰਡਾ ਕੈਨੇਡਾ ਦੇ ਡਾਲਰ ਹੈਗੀ ਗੱਲਬਾਤ ਯਾਰ ਜੈਸ ਕੱਪੜੇ ਪ੍ਰੈਸ ਬਾਬੂ ਕਿਆ ਕਹਿੰਦਾ ਤੁਸੀਂ ਖਾਓ ਕੁੱਲੜ ਪੀਜਾ ਆਪਾਂ ਖਾਂਦੇ ਆ ਕੁੱਲੜ ਆਪਾਂ ਪੀਂਦੇ ਆ ਕੁੱਲੜ ਚਾਹ ਜਦ ਆਪਾਂ ਸਵਾਰੀ ਨਾਲ ਆਈਦਾ ਆਪਾਂ ਡਰਾਈਵਰ ਨੂੰ ਅਲੱਗ ਆ ਉੱਥੇ ਖਾਈ ਪੀਦਾ ਬਿਲਕੁਲ ਫ੍ਰੀ ਹੁੰਦਾ ਆਪਣਾ ਖਾਣਾ ਪੀਣਾ ਆਪਾਂ ਉੱਧਰ ਖਾ ਲਈਦਾ ਤੇ ਹੁਣ ਆਪਾਂ ਯਾਰ ਦੋਸਤ ਸਾਰੇ ਇਕੱਠੇ ਆਏ ਹਾਂ ਹੁਣ ਮੈਂ ਕਿਹਾ ਇੱਕ ਜਗ੍ਹਾ ਬੈਠ ਕੇ ਖਾਂਦੇ ਪੀਂਦੇ ਨਾਲੇ ਇੰਜੋਏਮੈਂਟ ਕਰ ਲੈਣੇ ਗੱਲਾਂ ਬਾਤਾਂ ਕਰਦੇ ਬਾਏ ਬਾਏ 70 ਮਾਈਲ ਤੇ ਆ ਕੇ ਮਿਲਦੇ ਆ ਸੋਨੂ ਬਾਈ ਤਾਂ ਮਿਲਿਆ ਨਹੀਂ ਡਿਊਟੀ ਰਾਤ ਦੀ ਹੋਊਗੀ ਤੇ ਬੋਤਲਾਂ ਆਪਾਂ ਪਾਣੀ ਦੇ ਚੱਕ ਲਈਆਂ ਫਰਿੱਜ 'ਚ ਠੰਡੀਆਂ ਲਾ ਲੈਣੀਆਂ ਭਾਅ ਜੀ ਫਰਿੱਜਰ 'ਚ ਆਹ ਗਾਡਰੀ ਲਵਾ ਦਈਏ ਇੱਦਾਂ ਦੀ ਯਾਰ ਗਾਡਰੀ ਵਧੀਆ ਲੱਗੂ ਆਪਣੇ ਵਾਲੇ ਨੂੰ ਨਿਕਲਣ ਲੱਗੇ ਹਾਂ ਤੇ 5 ਵਜੇ ਸਾਡੇ ਬਾਈ ਦੀ ਉਹ ਬੰਦਾ ਕਹਿੰਦਾ ਸਰ 5:30 ਐਂਟਰੀ ਕਰਾ ਦਿਓ ਉੱਥੇ ਆਹ ਗੱਡੀ ਆਈ ਉਹ 15 ਮਿੰਟ ਵੀ ਚੱਲੀ ਦਿੱਲੀ ਏਅਰਪੋਰਟ ਨੂੰ ਹੈ ਪ੍ਰਾਈਵੇਟ ਹੈ ਤੇ ਹੁਣ ਨਿਕਲਣ ਲੱਗੇ ਹਾਂ ਏਅਰਪੋਰਟ ਤੋਂ ਆ ਗਏ ਹਾਂ ਡਿਊਕ ਇੱਥੇ ਆਪਾਂ ਲੈਣੀਆਂ ਦੂਜੀਆਂ ਕ੍ਰਿਸਟਲ ਦਾ ਬੰਪਰ ਬੜਾ ਖਰਾ ਯਾਰ ਬੰਪਰ ਦੇਖੋ ਗੱਲਬਾਤ ਯੈਸ ਹੀ ਆ ਬੰਪਰ ਦੇਖੋ ਕ੍ਰਿਸਟਲ ਯਾਰ ਇਹਨੂੰ ਕਹਿੰਦੇ ਕ੍ਰਿਸਟਲ ਤੇ ਹੁਣ ਬਾਈ ਨੂੰ ਦਵਾਣੀ ਆ ਟੀ ਸ਼ਰਟ ਬਾਈ ਕਹਿੰਦਾ ਜਾਂ ਕੈਂਪਸ ਦੀ ਲੈਣੀ ਆ ਨਾਈਕ ਦੀ ਲੈਣੀ ਆ ਜਾਂ ਡਿਊਕ ਦੀ ਲੈਣੀ ਆ ਹੁਣ ਦੇਖਦੇ ਆ ਕਿਹੜੀ ਟੀ ਸ਼ਰਟ ਦਵਾਉਣੇ ਆ ਪਹਿਲਾਂ ਸਾਡਾ ਬਾਈ ਕਹਿੰਦਾ ਏਜੰਟ ਕਹਿੰਦਾ ਸ਼ਰਟ ਪਾ ਕੇ ਭੇਜਿਓ ਫਿਰ ਉਹ ਕਹਿੰਦਾ ਕੋਈ ਘੈਂਟ ਜਿਹੀ ਟੀ ਸ਼ਰਟ ਪਾ ਕੇ ਭੇਜਿਓ ਪੂਰਾ ਮਾਹੌਲ ਆ ਤਕੜਾ ਮਾਹੌਲ ਆ ਟੋਮੀ ਕਹਿੰਦੇ ਆਫਰ ਬਹੁਤ ਚੱਲ ਰਿਹਾ ਮੇਰੇ ਵੀ ਆਫਰ ਰਿਚ ਲੁੱਕ ਮੁੰਡਾ ਰਿਚ ਲੁੱਕ ਦੀਆਂ ਟੀ ਸ਼ਰਟਾਂ ਦੇਖਦਾ ਪਿਆ ਅੱਜ ਡਿਊਕ ਵੀ ਜਾਏ ਨਾਈਕ ਵੀ ਜਾਏ ਟੋਮੀ ਦੀ ਮਿਲੀ ਨਹੀਂ ਸਾਨੂੰ
ਆਹ ਠੀਕ ਲੱਗਦਾ ਸੀ ਭਾਜੀ, ਤਿੰਨ ਲੈ ਲਈਆਂ ਆਪਾਂ, ਸਾਨੂੰ ਨਾ ਆਫਰ ਮਿਲ ਗਿਆ ਉਦਾਂ 1050 ਦੀ ਸੀ, 700 ਰੁਪਏ ਦੀ ਇੱਕ ਮਿਲ ਗਈ, 2100 ਦੀ ਤਿੰਨ ਮਿਲ ਗਈ, ਰਿਚ ਰਿਚ ਲੁੱਕ ਲੈ ਮਿੱਤਰਾ, ਜਾਂਦੇ ਜਾਂਦੇ ਰਿਚ ਲੁੱਕ ਸ਼ੋਪਿੰਗ ਵੀ ਕਰ ਲਈ ਹੈ, ਇੱਧਰੋਂ ਪਾ ਲਈ ਆ ਅਤੇ ਆਪਣੀ ਕਮਰਸ਼ੀਅਲ ਨੰਬਰ ਪਲੇਟ ਦੀ ਇੱਥੇ ਪਰਚੀ ਲੱਗਣੀ ਹੈ, 120 ਰੁਪਏ ਦੀ, ਦੇਖਦੇ ਕਿੰਨੇ ਲੱਗਦੀ ਆ, ਨਵਾਂ ਐਕਸਪੀਰੀਅੰਸ ਆ, ਨਵੀਂ ਕਾਰ ਆ ਤੇ ਦੇਖਦੇ ਆ ਅੱਜ ਚੱਲਾ ਲੈ ਮਨ ਦਾ ਮਿੱਤਰਾ ਦਿੱਲੀ ਦੇ ਪਹਾੜ ਆ ਗਿਆ, ਕਰੋ ਦਰਸ਼ਨ ਪਹਾੜਾਂ ਦੇ, ਹੈ ਐਂਟਰੀ ਦੇ ਪਹਾੜ ਆ ਦਿੱਲੀ ਦੇ ਪਹਾੜਾਂ ਦੇ, ਬਹੁਤ ਟ੍ਰੈਫਿਕ ਯਾਰ ਇਸ ਟਾਈਮ ਦਿੱਲੀ 'ਚ, ਇੰਨਾ ਟ੍ਰੈਫਿਕ ਦਿਨ ਨੂੰ ਸਾਹ ਨਹੀਂ ਆਉਂਦਾ, ਸਵੇਰੇ ਸ਼ਾਮ ਤਾਂ ਇੰਨਾ ਕੁ ਟ੍ਰੈਫਿਕ ਹੈ ਨਾ ਇੱਥੇ, ਹੋਏ ਹੋਏ ਮਾੜਾ ਹਾਲ ਆ, ਦਿੱਲੀ ਲੈਣ ਦਾ ਰਾਤ ਦਾ ਸਵਾਦ ਆ, ਰਾਤ ਹੁੰਦਾ ਪਤਾ ਨਹੀਂ ਲੱਗਦਾ ਕਦ ਗੱਡੀ ਜਾਂਦੀ ਕਦ ਆ ਜਾਂਦੀ ਆ, ਦਿਨ ਨੂੰ ਬਸ ਕਲੱਚ ਦੇ ਪੈਰ ਕੁੱਟੀ ਆ ਛੱਡੀ ਆ, ਬਹੁਤ ਟ੍ਰੈਫਿਕ ਆ ਦਿਨ ਨੂੰ ਯਾਰ ਦਿੱਲੀ 'ਚ, ਏਅਰਪੋਰਟ 'ਤੇ ਪਾਰਕਿੰਗ 'ਚ ਪਹੁੰਚ ਗਏ, 5:30 ਹੋ ਗਿਆ ਅਤੇ ਹੁਣ ਐਂਟਰੀ ਕਰਾਉਣੀ ਬਾਈ ਨੂੰ, ਬਹੁਤ ਟਾਈਮ ਬੱਚੇ ਹੋਏ ਆ ਦਿੱਲੀ ਏਅਰਪੋਰਟ 'ਤੇ ਯਾਰ, ਯਾਦਾਂ ਤਾਜ਼ੀਆਂ, ਪਾਰਕਿੰਗ ਐਨ ਫੁੱਲ ਆ ਯਾਰ, ਇੱਥੋਂ ਮੈਂ ਕਿਹਾ ਸਿੱਧਾ ਰਸਤਾ ਜਾਂਦਾ ਏਅਰਪੋਰਟ ਨੂੰ, ਤਾਂ ਇੱਥੇ ਲਾ ਦਿੰਦੇ ਗੱਡੀ, ਚਲੋ ਚਲੋ ਜਗ੍ਹਾ ਤੁਹਾਨੂੰ ਮਿਲ ਗਈ ਆ ਪੂਰੀ ਪੂਰੀ ਜਗ੍ਹਾ, ਮੈਂ ਕਿਹਾ ਇੱਥੇ ਲਾ ਕੇ, ਇੱਥੋਂ ਆਪਾਂ ਟਰਾਲੀ ਪਈ ਆ, ਟਰਾਲੀ ਕਿੱਥੇ ਗਈ, ਟਰਾਲੀ ਆ ਪਈ ਆ, ਇੱਥੇ ਟਰਾਲੀ ਹੈਗੀ ਕੋਲੋਂ, ਟਰਾਲੀ ਚੱਕ ਕੇ ਆਪਾਂ ਸਿੱਧਾ ਨਿਕਲਣਾ ਏਅਰਪੋਰਟ ਨੂੰ, ਟਾਈਮ ਸਾਡਾ ਹੋਇਆ ਪੂਰਾ, 5:30 ਐਂਟਰੀ ਆ, 5:30 ਹੋ ਗਏ ਆ, ਬਾਈ ਹੁਣੀ ਤੁਰ ਪਏ ਆ ਸਾਡੇ ਸਮਾਨ ਚੱਕ ਕੇ, ਅਤੇ ਬਾਈ ਨੂੰ ਮੈਂ ਕਿਹਾ ਐਂਟਰ ਕਰਾ ਜੀ ਅੰਦਰ, ਭਰੀ ਪਈ ਆ, ਜਾਂ ਮਰਜ਼ੀ ਦੇਖ ਲਓ ਏਅਰਪੋਰਟ 'ਤੇ ਨਾ ਇੱਦਾਂ ਹੀ ਹੁੰਦੀ ਆ, ਰੱਛ ਸਾਈਡ 'ਤੇ ਹੋ ਜਾਓ ਸਾਈਡ 'ਤੇ ਭਾਜੀ, ਇੱਦਾਂ ਰੱਛ ਹੁੰਦਾ ਏਅਰਪੋਰਟ 'ਤੇ ਹਰ ਟਾਈਮ, ਜਾਂ ਮਰਜ਼ੀ ਆ ਜਾਓ ਇੱਥੇ, ਰੱਛ ਹਰ ਟਾਈਮ ਇੱਦਾਂ ਹੀ ਹੁੰਦਾ ਐਨ ਫੁੱਲ, ਕਦੇ ਮੈਂ ਇੱਥੇ ਪਾਰਕਿੰਗ ਖਾਲੀ ਨਹੀਂ ਦੇਖੀ ਕਦੇ ਵੀ, ਲਵਾੜਾ ਹੀ ਲਵਾੜਾ ਹੋ ਗਿਆ ਮੇਰੇ ਵੀਰੋ, ਲਵਾੜਾ ਹੀ ਲਵਾੜਾ ਕਹਿੰਦੇ, ਲੱਠੇ ਪਏ ਟਾਈਮ ਪੂਰਾ, ਅੰਦਰ ਵੜਨ ਦਾ ਲੇਟ ਹੋ ਗਿਆ, ਖੁੱਲ ਜਾ ਸਿਮ ਸਿਮ, ਜਾਦੂ ਵਾਲਾ ਗੇਟ ਸਾਹਮਣੇ ਦੇਖ ਕੇ ਖੁੱਲ ਗਿਆ, ਬਹੁਤ ਅੱਛਾ, ਹਰ ਟਾਈਮ ਰੱਛ ਇੱਦਾਂ ਹੁੰਦਾ, ਹਰ ਟਾਈਮ ਰੱਛ ਇੱਥੇ, ਹਰ ਟਾਈਮ ਜਾਂ ਮਰਜ਼ੀ ਦੇਖ ਲਓ, ਖੁੱਲ ਜਾ ਸਿਮ ਸਿਮ, ਖੁੱਲ ਜਾ ਖੁੱਲ ਜਾ, ਜਾਦੂ ਹੀ ਦਰਵਾਜ਼ਾ ਇਸ ਬੋਲਦੇ ਆ, ਜਾਦੂ ਹੀ ਦਰਵਾਜ਼ਾ, ਇੱਥੇ ਆ ਕੇ ਆਪਾਂ ਐਨ ਪਿੰਡਾਂ ਵਾਲੇ ਦੱਸਣੇ ਆ ਵੇ, ਪਿੰਡਾਂ ਵਾਲੇ ਆਇਆ ਖੱਪ ਪਾਣੀ ਪੂਰੀ ਕੰਮ ਹੈ, ਦੱਸਣ ਆ ਵੇ ਪਿੰਡਾਂ, ਰੌਣਕਾਂ ਲੱਗੀਆਂ ਪਈਆਂ, ਮੈਂ ਕਿਹਾ ਮੇਰੇ ਵੀਰੋ ਏਅਰਪੋਰਟ 'ਤੇ ਰੌਣਕਾਂ ਲੱਗੀਆਂ ਪਈਆਂ, ਬਾਈ ਸਾਡਾ ਚੱਲਿਆ ਚੰਦ ਬਾਈ ਚੱਲਿਆ ਕੈਨੇਡਾ, ਚੱਲਿਆ ਸਾਡਾ ਚੰਦ ਬਾਈ ਕੈਨੇਡਾ ਵਾਲਾ,
ਯੋ ਬਰੋ ਯੋ ਆ ਕਿੱਥੇ ਪਹੁੰਚ ਗਏ ਨੇ ਬਾਹਲੀ ਅੱਗ ਲੱਗੀ ਹੋਈ ਰੱਛ ਦੇਖੋ ਯਾਰ ਰੱਛ ਇੱਥੇ ਹਰ ਟਾਈਮ ਇੱਦਾਂ ਰੱਛ ਹੁੰਦਾ ਜਦੋਂ ਉੱਦਾਂ ਨਾ ਗਵਾ ਜਾਈਏ ਹੈਂ ਸਾਡਾ ਬਾਈ ਕਿੱਥੇ ਗਿਆ ਯਾਰ ਜਸਵੀਰ ਰੇੜੀ ਰੂੜੀ ਹੋਏ ਹੋਏ ਬੜਾ ਰੱਛ ਯਾਰ ਬਾਈ ਸਾਡਾ ਰੇੜੀ ਲੈ ਕੇ ਆ ਗਿਆ ਰੱਖ ਤੇ ਕਰਨ ਮੋਰ ਰੇੜੀ ਲੈ ਕੇ ਆ ਗਿਆ ਬਾਈ ਸਾਡਾ ਲੈ ਵੇ ਮਿੱਤਰਾ ਕੰਮ ਸੈਂਟੋ ਸੈਂਟੀ ਹੋਇਆ ਬੈਠੇ ਏਅਰਪੋਰਟ ਤੇ ਬਦਬੂ ਹੀ ਬਦਬੂ ਉਠਾਲੀ ਬਈ ਬਦਬੂ ਹੀ ਬਦਬੂ ਮਾਰ ਮਾਰ ਕੇ ਸੈਂਟ ਨਹਾ ਲਿਆ ਕਰੋ ਹੁਣ ਅਸੀਂ ਰਹਿ ਗਏ ਮਾੜੇ ਅਸੀਂ ਵੀ ਮਾਰ ਲਈਏ ਓ ਜੀ ਘਰ ਛੱਡਣੇ ਔਖੇ ਨੇ ਜਿਨ੍ਹਾਂ ਨਹੀਂ ਛੱਡਣ ਵੇਲੇ ਰੋਏ ਸਾਡੇ ਦਿਲ ਤੋਂ ਕੁਛ ਸੱਜਣਾ ਕਾਹਦੇ ਚ ਮੇਰਾ ਗਾਣਾ ਪਿੱਛੇ ਰਹਿਣ ਦਾ ਮੈਂ ਗਾਣਾ ਗਾ ਰਿਹਾ ਸੀ ਵਿੱਚ ਪਰਮਾਤਮਾ ਨੂੰ ਕਾਮਯਾਬ ਕਰੇ ਕੈਪਚਰ ਕਰੀਏ ਤੇਰਾ ਹੀ ਇਮੋਸ਼ਨਲ ਅਤਿਆਚਾਰ ਹਲੋ ਬੜੀ 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 ਬਾਕੀ ਰੱਛ ਟੱਚ ਬੋਟ ਰੱਛ ਹੋਏ ਸਾਰੇ ਭਰਾ ਬੈਠੇ ਕਿਸੇ ਚੀਜ਼ ਦੀ ਕੋਈ ਮੈਨੂੰ ਜਾਂ ਮਰਜ਼ੀ ਦੱਸ ਦਿਓ ਕੁਛ ਕਿਤੇ ਜਾਣਾ ਘਰ ਦੇ ਕੁਛ ਜਾਣਾ ਜਦੇ ਫੋਨ ਕਰ ਦਿਓ ਆਪਣਾ ਖਿਆਲ ਰੱਖਣਾ ਧਿਆਨ ਨਾਲ ਜਾਣਾ ਅੰਦਰ ਜਾ ਕੇ ਫਸਾ ਲਿਓ ਸਰਪੰਚ ਜੀ ਤੋਂ ਚੱਲ ਪਰਿਆ ਪਿੰਡ ਕਾ ਕਿਆ ਹੋ ਗਿਆ ਹੈ ਉਹ ਪਿੱਛੇ ਆਪਾਂ ਉਹ ਲਾ ਦੇਣਾ ਇਹ ਸਰਪੰਚ ਜੀ ਤੋਂ ਚੱਲ ਪੜੇ ਔਰ ਸੁਣਾਈ ਨੂੰ ਇਹਦੇ ਪਿੱਛੇ ਇੰਨੀ ਲੈਣ ਲੱਗ ਗਈ ਬਹੁਤ ਰੱਛ ਆ ਯਾਰ ਦੇਖੋ ਕਿੰਨਾ ਰੱਛ ਆ ਹਰੇਕ ਗੇਟ ਦੇ ਮੂਹਰੇ ਚਾਰ ਪੰਜ ਦੇ ਮੂਹਰੇ ਇੱਦਾਂ ਰੱਛ ਆ ਅਰੇ ਭਾਈ ਸਾਹਿਬ ਸਰਪੰਚ ਜੀ ਤੋਂ ਤੁਰ ਪੜੇ ਅਬ ਗਾਓਂ ਕਾ ਕਿਆ ਹੋਗਾ ਇਹ ਤੋਂ ਆਪੋ ਖਿਆਲ ਰੱਖਣਾ ਪੜੇਗਾ ਚੁੱਪ ਹੁੰਦਾ ਬੰਦਾ ਇੱਥੇ ਢਿੱਡ ਤੋਂ ਟੀ ਸ਼ਰਟ ਚੱਕ ਕੇ ਘੁੰਮੀ ਜਾਂਦਾ ਢਿੱਡ ਤੋਂ ਟੀ ਸ਼ਰਟ ਚੱਕ ਕੇ ਉਹ ਭਰਾਵਾ ਕਰ ਲੈ ਇੰਨੇ ਲੋਕ ਇੱਥੇ ਗਰਮੀ ਲੱਗਦੀ ਯਾਰ ਹਟਦਾ ਹੀ ਨੀ ਬੰਦਾ ਯਾਰ ਇਹ ਕਿਆ ਆਈਟਮ ਆ ਯਾਰ ਇਹ ਅੱਜ ਮਾਲਕ ਨਾਲ ਆਇਆ ਵਾ ਕਹਿੰਦਾ ਤੈਨੂੰ ਇੱਕ ਟੀ ਸ਼ਰਟ ਲੈ ਕੇ ਦੇਣੀ ਇਦਾਂ ਦਾ ਮਾਲਕ ਤਾਂ ਰੱਬ ਹਰੇਕ ਨੂੰ ਦਵੇ ਹੈ ਸਹੀ ਗੱਲ ਆ ਅੱਜ ਭਰਾਵਾਂ ਨੇ ਵੈਸੇ ਮੈਚਿੰਗ ਕੀਤੀ ਵੀ ਆ ਵਾਈਟ ਨਾਲੇ ਰਿਚ ਕਿਹੜੀ ਯੂਰੀਆ ਵਾਲੀ ਬੀ ਐਸ ਸਿਕਸ ਬਾਈ ਮਾਰ ਸਰਪੰਚ ਜੀ ਕੋ ਗੁਰਪੜੇ
ਬਾਈ ਗਿਆ ਸਾਡਾ ਹੁਣ। ਹੋਏ 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 ਹੋਏ, ਇੱਥੋਂ ਗੱਡੀ ਸਿੱਧੀ ਲਿਆਉਣੀ ਉਹਨੇ, ਜਾ ਕੇ ਸਵਾਰੀ ਲੈ ਕੇ ਆਉਣੀ ਉਹਨੇ, ਇੱਥੇ ਗੱਡੀ ਲਾ ਕੇ ਸਿੱਧਾ ਨਿਕਲ ਜਾਈਦਾ। ਮਿੱਤਰਾ ਫਾਈਨਲੀ ਚੰਦ ਬਾਈ ਨੂੰ ਚੜਾਇਆ ਜਾਂਦਾ ਸੋਨੂੰ ਨੂੰ, ਅਤੇ ਮੁੜ ਕੇ ਆ ਗਿਆ ਰਾਣੀ ਸੁੰਦਰਾ ਕੋ। 20-25 ਮਿੰਟ ਉਹਦੀ ਵੇਟ ਕਰਕੇ ਆ ਗਏ ਹਾਂ। ਹੁਣ ਬਾਈ ਚੱਲ ਗਿਆ ਅੰਦਰ, ਅਤੇ ਹੁਣ ਚੱਲਿਆ ਵਾਪਸ 74-16 ਖੜ੍ਹੀ ਆਪਣੀ ਲਿਛ ਲਿਛ ਕਰਦੀ। ਪਹਿਲੀ ਦਿੱਲੀ ਆ 74-16 ਨੇ, ਪਹਿਲੀ ਦਿੱਲੀ ਮੈਂ ਲੈ ਕੇ ਆਇਆ ਬਾਈ, ਤਾਂ 4-5 ਦਿੱਲੀਆਂ ਲਾ ਗਿਆ ਲੱਗਿਆ। ਪਾਰਕਿੰਗ ਕਟਵਾ ਲਈ ਇਹਨਾਂ ਨੇ ਗੱਡੀ ਦੀ, ਪਾਰਕਿੰਗ ਕਿਉਂ ਰੱਛ ਬਹੁਤ ਸੀਗਾ, ਉਹ ਕਹਿੰਦੇ ਇੱਥੇ ਕਟਾ ਲਿਓ ਪਾਰਕਿੰਗ। ਹੁਣ ਇੱਥੇ ਪਾਰਕਿੰਗ ਕਟਾ ਕੇ ਇੱਥੋਂ ਸਿੱਧਾ ਨਿਕਲ ਲੈਣਾ ਆਪਾਂ, ਅਤੇ ਬਾਈ ਆਪਣਾ ਚੜ੍ਹਾ ਤਾ ਚੰਦ ਬਾਈ, ਅਤੇ ਥੋੜ੍ਹਾ ਇਮੋਸ਼ਨਲ ਵੀ ਇਹ ਕੰਮ ਲਾਇਆ ਮਿੱਤਰਾ। ਉੱਦਾਂ ਦਿੱਲੀ ਦੀ ਗੱਲਬਾਤ ਐਨ ਜੈਸੇ ਬਣਾਈ ਪਈ ਯਾਰ, ਉੱਦਾਂ ਐਨ ਇੱਕ ਵਾਰ ਫੀਲਿੰਗ ਆਉਂਦੀ ਤਾਂ ਬਾਹਲੇ ਮੁਲਕ 'ਚ ਆ ਗਏ ਹੁੰਦੇ ਆ। ਦੇਖੋ ਉਹਦਾ ਹੋਏ 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 ਲਿਛ ਲਿਛ ਕਰਦੀ ਦਿੱਲੀ ਹੈ। ਇੱਥੇ ਦੇਖੋ ਯਾਰ ਮੈਟਰੋ ਦੀ ਗੱਲਬਾਤ ਜੈਸੇ ਹੀ ਆ। ਮੁੜ ਕੇ ਪਹੁੰਚ ਗਏ ਹਾਂ ਮੁਰਥਲ, ਆ ਗਿਆ ਆਪਣਾ ਭਲਵਾਨ ਢਾਬਾ, ਪਰ ਆਪਾਂ ਰੁਕਣਾ ਆਪਣੇ ਸੋਨੂ ਬਾਈ ਕੋ 70 ਮਾਈਲ। ਰੌਣਕ ਬੜੀ ਆ, ਰੌਣਕ ਬੜੀ ਆ ਇੱਥੇ, ਬੜੀ ਰੌਣਕ ਆ। ਢਾਬੇ ਸਾਰੇ ਪੰਜਾਬ ਦੇ ਸਿਰ ਤੋਂ ਆਪਣੇ ਢਾਬੇ ਚੱਲਦੇ ਆ ਸਾਰੇ ਢਾਬੇ ਢਾਬੇ ਮੰਨਤ 70 ਮਾਈਲ ਸਟੋਰ ਆ ਗਿਆ ਆਪਣਾ ਬਾਈ। 70 ਮਾਈਲ ਰਾਤ ਨੂੰ ਦੇਖੋ ਰੌਣਕ ਹੈ, ਹੁਣ ਭਰਿਆ ਦਿਨ ਤਾਂ ਖਾਲੀ ਆ। ਬਾਹਾਂ ਮਾਂ ਮਾਰ ਕੇ ਗੱਡੀ ਲਵਾਉਣ ਲੱਗਿਆ ਕਨੈਕਟਰ ਆਪਣਾ ਕੰਮ ਆ ਕਨੈਕਟਰ। ਉਹ ਦੇਖੋ ਸਹੀ ਗੱਲ ਆ, ਕਰਦਾ ਸਾਰੇ ਸਿੱਧੇ ਹੀ ਆ, ਪਰ ਪੈਪ ਉੱਠੇ ਜਾਂਦੇ ਆ ਕਨੈਕਟਰ। ਕਿਸਮਤ ਨਹੀਂ ਸਾਥ ਦਿੰਦੀ, ਸਹੀ ਗੱਲ ਆ। ਕੰਮ ਕਹਿੰਦਾ ਆਪਣੇ ਜਦੋਂ ਸਿੱਧੇ ਹੁੰਦੇ ਪਰ ਪੁੱਠੇ ਪੈ ਜਾਂਦੇ ਇਹਦੇ ਕੰਮ, ਏਦਾਂ ਦਾ ਕੰਮ ਆ ਸਾਡਾ ਇਹ। ਜੈਸੇ ਲੱਗਦੀ ਬਾਹਰੋਂ ਦੀ ਗੱਲਬਾਤ ਕਰਦੇ ਹੋ ਨਾ। ਲੈ ਬਈ ਰਾਣੀ ਕਰਦੀ ਲਿਛ ਲਿਛ, ਅੱਜ ਬਹੁਤ ਟਾਈਮ ਬਾਅਦ ਚੋਂ ਦਿੱਲੀ ਨੂੰ ਆਏ ਹਾਂ। ਮੈਂ ਕਿਹਾ ਸਾਰਾ ਕੈਪਚਰ ਕਰੀਏ ਜਿੰਨਾ ਹੋ ਸਕਦਾ, ਪਰ ਫੋਨ ਨੇ ਜੇ ਸਾਥ ਨਹੀਂ ਦਿੱਤਾ ਕਿਉਂਕਿ ਸਟੋਰੇਜ ਹੋ ਗਈ ਫੁੱਲ। ਹੁਣ ਮੈਂ ਇੱਕ ਬਲੌਗ ਐਡਿਟਿੰਗ ਕੀਤਾ, ਡਿਲੀਟ ਕੀਤਾ ਤਾਂ ਦੁਬਾਰਾ ਬਲੌਗ ਬਣਾਉਣ ਲੱਗਿਆ ਯਾਰ। ਮੈਂ ਕਿਹਾ ਆਪਣੇ ਭਰਾ ਨੂੰ ਦਿੱਲੀ ਦਾ ਬਲੌਗ ਦਿਖਾਈਏ। ਰਾਣੀ ਸੁੰਦਰਾ ਲਾਤੀ ਆ, ਹੈ ਆਹ ਵੀ ਖੜੀ ਘੈਂਟ ਲੱਗਦੀ ਹੈ, ਅਤੇ ਹੁਣ ਰੋਟੀ ਪਾਣੀ ਖਾ ਲਈਏ। ਲਿਛ ਲਿਛ ਕਰਦੀ ਢਾਬੇ ਦੀ ਚਾਨਣੀ ਹੈ, ਗੱਲਬਾਤ ਜੈਸੇ ਲਾਵੇ 70 ਮਾਈਲ ਦੀ। ਢਾਬੇ ਸਾਰੇ ਵਧੀਆ, ਮਿਊਜ਼ਿਕ ਵੀ ਚੱਲਦਾ ਰਾਜਸਥਾਨੀ ਆਪਣੇ ਬਾਈ, ਮਿਊਜ਼ਿਕ ਵੀ ਚੱਲਦਾ ਪੂਰਾ। ਯੈਸ ਯੈਸ ਯੈਸ, ਗੱਲਬਾਤ ਜੈਸਾ ਕੱਪੜੇ ਪ੍ਰੈਸ ਹੈ। ਐਵੇਂ ਮਿੱਤਰੋ ਕਰੋ ਦਰਸ਼ਨ ਆ ਸਾਡੇ ਸੋਨੂੰ ਭਾਅ ਜੀ, ਸਾਡੇ ਉਸਤਾਦ ਜੀ 70 ਮਾਈਲ 'ਤੇ, ਇਹਨਾਂ ਦੀ ਬਦੌਲਤ ਆਪਾਂ ਇੱਥੇ ਆਉਂਦੇ ਹਾਂ, ਤੁਹਾਡੀ ਬਦੌਲਤ ਹੈ। ਮੈਂ ਭਾਈ ਦੁਪਹਿਰ ਦਾ ਤੁਹਾਡੇ ਕੋਲ, ਮੈਂ ਦੁਪਹਿਰ ਦੇ ਇੱਥੇ ਆਏ ਸੀਗੇ, ਦੁਪਹਿਰ ਤੁਹਾਡੇ ਦਰਸ਼ਨ ਨਹੀਂ ਹੋਏ। ਅੱਛਾ, ਮੈਂ ਸਮਾਂ ਭਾਈ ਨੂੰ ਪੁੱਛਦਾ ਸੀਗਾ, ਭਾਅ ਜੀ ਕਹਿੰਦਾ ਰਾਤ ਦੀ ਡਿਊਟੀ ਹੋਣੀ। ਦਿਲ ਖੁਸ਼ ਹੋ ਗਿਆ ਬਾਈ ਨੂੰ ਦੇਖ ਕੇ ਸਾਡੇ ਨੂੰ, ਆਪਣਾ ਭਰਾ ਮਾਣ ਹੀ ਹੁੰਦਾ, ਆਪਣਾ ਭਰਾ ਆਪਣੇ ਇੱਧਰ ਏਰੀਏ 'ਚ ਮਿਲ ਜਾਵੇ ਤਾਂ ਮਾਣ ਵੱਧ ਜਾਂਦਾ ਬੰਦੇ ਦਾ, ਹੈ ਨਾ। ਅਤੇ ਯਾਰ ਇੱਕੋ ਜਿਹਾ ਹੀ ਆ, ਇੱਕੋ ਜਿਹਾ ਹੀ ਆ, ਇੱਕੋ ਜਿਹਾ ਆ। ਅਤੇ ਆਪਣਾ ਡਰਾਈਵਰ ਭਾਅ ਜੀ ਆਪਣੇ ਬੜਾ, ਚਲੋ ਕਿੰਨਾ ਟਾਈਮ ਡਰਾਈਵਰੀ ਕੀਤੀ ਆਪਣੇ ਨਾਲ,
ਸਾਡੇ ਬਾਰਾਂ ਚੋਰ ਦੇ ਭਾਜੀ ਤੇ ਇੱਥੇ ਹੀ 70 ਮਾਈਲ ਤੇ 4-5 ਸਾਲ ਤੋਂ ਤੇ ਹੁਣ ਪ੍ਰਸ਼ਾਦਾ ਪਾਣੀ ਛਕਦੇ ਆ ਜੋ ਪ੍ਰਸ਼ਾਦਾ ਛਕਾਈਏ ਇੱਕ ਮੰਗਾਇਆ ਆਪਾਂ ਕੜਾਹੀ ਪਨੀਰ ਇੱਕ ਮੰਗਾਈ ਦਾਲ ਮੱਖਣੀ ਨਾਲ ਮੰਗਾਇਆ ਰਾਇਤਾ ਮਿਕਸ ਰਾਇਤਾ ਚਲੋ ਪ੍ਰਸ਼ਾਦਾ ਛਕ ਲਈਏ ਨਾਲ ਆਪਣੇ ਸਿਰਕ ਵਾਲੇ ਪਿਆਜ਼ ਆ ਆਉਂਦਾ ਮੂੰਹ 'ਚ ਪਾਣੀ ਤਾਬੜ ਤੋੜ ਜਾਂ ਭੁੱਖ ਲੱਗੀ ਹੋਵੇ ਫਿਰ ਚੀਜ਼ਾਂ ਬਹੁਤ ਟੇਸਟੀ ਲੱਗਦੀਆਂ ਇੱਦਾਂ ਦੀਆਂ ਲੈ ਵੇ ਮਿੱਤਰ ਆ ਭਾਜੀ ਰੋਟੀ ਦਾ ਸਵਾਦ ਆ ਗਿਆ ਬਹੁਤ ਘੈਂਟ ਰੋਟੀ ਆ ਕੁੱਲੜ ਫਿਰ ਦੁਬਾਰਾ ਕੁੱਲੜ ਚਾਹ ਪੀਣ ਲੱਗੇ ਕੁੱਲ ਡਾਕਟਰ ਨੂੰ ਕਹਿ ਦੀ ਕਿਡਨੀਆਂ ਸਾਫ਼ ਕਰਦਾ ਪਹਿਲਾਂ ਚਾਹ ਪੀ ਲਈ ਗਲਾਸ ਭਰ ਕੇ ਹੁਣ ਉੱਪਰੋਂ ਰਾਇਤਾ ਬਹੁਤ ਘੈਂਟ ਰੋਟੀ ਪਾਣੀ ਆ ਤੇ ਤੁਹਾਨੂੰ ਬਾਈ ਆਪਾਂ ਨੂੰ ਡਿਸਕਾਊਂਟ ਵੀ ਪੂਰਾ ਕਰਾ ਦਿੱਤਾ ਬੜਾ ਚੋਰੀ ਆ ਤੇ ਹੁਣ ਦਿਓ ਮਾਰੇ ਤੁਹਾਨੂੰ ਇਜਾਜ਼ਤ ਓਕੇ ਜੀ ਮੈਂ ਵੀ ਹੁਣ ਆਇਆ ਹਾਂ ਬਾਈ ਦੇ ਢਾਬੇ ਤੇ ਫੋਟੋਗ੍ਰਾਫੀ ਕਰ ਲਈ ਆਪਾਂ ਮੈਂ ਕਿਹਾ ਰਾਣੀ ਦੇਖੋ ਘੈਂਟ ਲੱਗਦੀ ਤੇ ਹੁਣ ਮੈਂ ਕਿਹਾ ਭਾਈ ਦੇ ਢਾਬੇ ਦੇ ਲੋਗੋ ਵੀ ਲਾ ਦਈਏ ਆਪਣੀਆਂ ਯਾਦਾਂ ਇੱਕ ਯਾਦ ਹੀ ਆ ਭਾਜੀ ਆਪਣੇ ਭਰਾ ਸਾਰੇ ਦੇਖਦੇ ਆ ਕਿੱਥੇ ਹਾਂ ਸਹੀ ਗੱਲ ਆ ਕੰਮ ਕੰਮ ਦਾ ਬਾਈ ਜਾਨ ਬੈਠੇ ਕੰਮ ਦੇ ਬਾਈ ਜਾਨ ਜਿਹੜਾ ਭਰਾ ਧਿਆਨ ਆਇਆ ਉਹਨੂੰ ਖਿੱਚ ਕੇ ਇੰਸਟਾਗ੍ਰਾਮ ਤੇ ਫੋਟੋ ਮੈਂਸ਼ਨ ਕਰ ਦਿਓ ਤੇ ਆਪਣੇ 70 ਮਾਈਲ ਦੇ ਆਪਣਾ ਲੋਗੋ ਲਾ ਦਿੱਤਾ ਆਪਾਂ ਬਾਈ ਨੇ ਗੱਡੀ ਘੈਂਟ ਬਣਾਈ ਹੋ ਯਾਰ ਨੇਪਾਲ ਤੋਂ ਆਈ ਗੱਡੀ ਦੇਖੋ ਨਾ ਘੈਂਟ ਲੱਗਦੀ ਗੱਡੀ ਇਹ ਬਾਈ ਦੀ ਗੱਡੀ ਆ ਨੇਪਾਲ ਏਅਰਪੋਰਟ ਤੋਂ ਆਈ ਹੈ ਗੱਡੀ ਹੁਣ ਤੇ ਲੋਗੋ ਲੱਗ ਗਿਆ ਆਪਣਾ ਖੁਸ਼ੀ ਬੜੀ ਹੋਈ ਮੇਰਾ ਭਰਾ ਹੁਣ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਵੇ ਜਿਹੜੇ ਭਰਾ ਇੱਥੇ ਆਉਂਦੇ 70 ਮਾਈਲ ਤੇ ਆਪਣੇ ਡਰਾਈਵਰ ਭਰਾ ਤੇ ਆਪਣੀ ਸੋਲ ਜਾਂ ਸਵਾਈਟੀ ਇੰਸਟਾਗ੍ਰਾਮ ਤੇ ਆਈਡੀਆ ਮੈਂਸ਼ਨ ਜ਼ਰੂਰ ਕਰਿਓ ਫੋਟੋ ਖਿੱਚ ਕੇ ਜਿਹੜਾ ਭਰਾ ਇੱਥੇ ਆਊਗਾ ਤੇ ਬਾਕੀ ਲਵ ਯੂ ਯਾਰ ਚੱਲੇ ਹੁਣ ਵਾਪਸ ਮਿੱਤਰਾ ਕਰਨ ਲੱਗੇ ਹਾਂ ਵਾਪਸੀ ਤੇ ਹੁਣ ਬਾਈ ਆਇਆ ਕਨੈਕਟਰ ਸੀਟ ਤੇ ਆਪਾਂ ਕਰਨ ਲੱਗੇ ਹਾਂ ਡਰਾਈਵਿੰਗ ਤੇ ਹੁਣ ਸਿੱਧੀ ਨੋਨ ਸਟੋਪ ਜਾਣੀ ਆ ਬਲਾਚੌਰ 10 ਵੱਜ ਗਏ ਦੇਖੋ ਕਿੰਨੇ ਕੁ ਵਜੇ ਤੱਕ ਪਹੁੰਚਦੇ ਹਾਂ ਪਹਿਲਾਂ ਆਪਾਂ ਸੋਚਿਆ ਸੀ 12-1 ਵਜੇ ਤੱਕ ਪਹੁੰਚ ਜਾਣਾ ਪਰ ਮੈਨੂੰ ਲੱਗਦਾ ਭਾਈ 3-4 ਵਜੇ ਵੱਜ ਜਾਣੇ 3-4 ਰੌਣਕ ਪੂਰੀ ਆ ਮੁਰਥਲ ਬਈ ਢਾਬੇ ਇੱਥੇ ਐਂ ਲੱਗਦਾ ਜਦੋਂ ਦੀਵਾਲੀ ਵਾਲਾ ਮਾਹੌਲ ਨਹੀਂ ਹੁੰਦਾ ਦੀਵਾਲੀ ਵਾਲਾ ਐਨ ਉਹੀ ਜਿਹੀ ਲੱਗਦੀ ਰਾਣੀ ਜਾਂਦੀ ਆ ਲਿਛ ਕਰਦੀ ਰਾਣੀ ਮੁਰਥਲ ਵਾਲਾ ਟੋਲ ਆ ਗਿਆ ਮੁਰਥਲ ਵਾਲਾ ਟੋਲ ਸਾਡੇ ਦੇਖਦੇ ਦੇਖਦੇ ਲੱਗਿਆ ਭਾਈ ਹੈ ਨਾ 4-5 ਸਾਲ ਪਹਿਲਾਂ ਲੱਗਿਆ ਸੀ ਟੋਰਾਂ ਨਾਲ ਜਿਹੜਾ ਟਰੱਕ ਬੜਾ ਡਰਾਵਣਾ ਜਿਹਾ ਉਹ ਦੇਖੇ ਦਾ ਕਾਟੇ ਬੜੇ ਮਾਰਦਾ ਟਰੱਕ ਇਹ ਹਾਲੀਵੁੱਡ ਦੀ ਫਿਲਮਾਂ ਚ ਹੁੰਦਾ ਇਦਾਂ ਦਾ ਟਰੱਕ ਬੰਪਰ ਤੋਂ ਬੰਪਰ ਜਾਉਣੀ ਜਾਂਦਾ ਦੇਖ ਕੇ ਨਾ ਭਿਆਨਕ ਜਿਹਾ ਲੱਗਦਾ ਡਰਾਵਣਾ ਟਰੱਕ ਲੱਗਦਾ ਯਾਰ ਇਹ ਤੇ ਅੰਬਾਲੇ ਪਹੁੰਚਣ ਲੱਗਿਆ ਫਾਈਨਲੀ 30 ਕਿਲੋਮੀਟਰ ਹੈਗਾ ਅੰਬਾਲਾ ਮੈਂ ਕਿਹਾ ਇੱਕ ਅੱਧਾ ਸ਼ੋਟ ਲੈ ਲਈਏ ਤੇ ਯੂਰੀਆ ਆਪਣਾ ਕਲੀਨ ਕਰਤਾ ਗੱਡੀ ਨੇ ਪੋਲਿਊਸ਼ਨ ਤੇ ਪਹਿਲਾਂ ਲਾਈਟ ਆਈ ਸੀ ਮੈਨੂੰ ਚੇਤਾ ਭੁੱਲ ਗਿਆ ਦੱਸਣ ਦਾ ਤੇ 5 ਮਿੰਟ ਲੈਂਦੀ ਆਪਣੇ ਆਪ ਕਲੀਨ ਕਰ ਦਿੰਦੀ ਫਾਈਨਲੀ ਜੀਰਖਪੁਰ ਪਹੁੰਚਣ ਲੱਗਿਆ ਰਾਣੀ 'ਚ ਨਾ 143 ਕਿਲੋਮੀਟਰ ਰੇਂਜ ਰਹਿ ਗਈ ਆ
ਮੈਂ ਕਿਹਾ ਥੋੜ੍ਹਾ ਬਹੁਤ ਤੇਲ ਪਵਾ ਲਈਏ ਕਿਉਂਕਿ ਕ੍ਰਿਸਟਾ ਦੀ ਟੈਂਕੀ ਯਾਰ ਨੋਵਾ ਨਾਲੋਂ ਛੋਟੀ ਕਰਤੀ ਆ। ਆਪਾਂ ਟੈਂਕੀ ਫੁੱਲ ਕਰਾ ਕੇ ਗਏ ਸੀ ਆਪਣੇ ਰੋਪੜ ਤੋਂ, ਮੈਂ ਕਿਹਾ ਬਾਕੀ ਰੋਪੜ ਜਾ ਕੇ ਫੁੱਲ ਕਰਾਉਂਗੇ, ਹੁਣ ਥੋੜ੍ਹਾ ਬਹੁਤਾ ਪਵਾ ਲੈਣਾ, ਰੋਪੜ ਪਹੁੰਚ ਜੂਗੀ ਭਾਰਤੀ ਪੈਟਰੋਲ ਪੰਪ ਦੇ, ਉੱਥੇ ਜਾ ਕੇ ਫੁੱਲ ਕਰਾਉਂਗੇ ਦੁਬਾਰਾ। ਇਹ ਯਾਰ ਪਤਾ ਨਹੀਂ ਕੀ ਚੱਕਰ ਆ, ਆਪਣੇ ਕਈ ਭਰਾਵਾਂ ਨੇ ਕਹਿੰਦੇ ਪਤਾ ਨਹੀਂ ਕਿੱਦਾਂ ਟੈਂਕੀ ਨੂੰ ਕੱਟ ਲਵਾਇਆ ਵਾ, ਤੇਲ ਪਵਾ ਕੇ ਨਿਕਲੀਏ ਨੋਨ ਸਟੋਪ, ਖਿੱਚ ਕੇ ਜਾਂਦੀ ਤੁਹਾਡੇ ਭਰਾ ਨੇ ਪੂਰੀ। ਲੈ ਬੇ ਬਾਬਿਓ ਜੀਰਖਪੁਰ ਟੋਲ ਪਲਾਜੇ 'ਤੇ ਪਹੁੰਚ ਗਏ, ਜੀਰਖਪੁਰ ਪਹੁੰਚਣ ਲੱਗੇ ਹਾਂ, ਨੋਨ ਸਟੋਪ ਆਈ ਗੱਡੀ, ਕਿਤੇ ਬ੍ਰੇਕ ਨਹੀਂ ਮਾਰੀ, ਅਤੇ ਮੈਂ ਕਿਹਾ ਹੁਣ ਸਿੱਧਾ ਪਹੁੰਚੀਏ ਜਾ ਕੇ ਸੌਂਈਏ। ਦੋ ਦਿਨ ਦੇ ਨੀਂਦੇ ਆ ਮੇਰੇ ਵੀਰੇ, ਦੋ ਦਿਨ ਦੇ ਨੀਂਦੇ, ਚੱਕਦੇ ਭਾਈ ਫਾਸਟੈਗ, ਇੱਦਾਂ ਫਾਸਟੈਗ ਚੱਕ ਹੋਵੇ ਨਾ ਮਿੰਟੋ ਮਿੰਟ ਹੀ, ਇਹ ਸਵਾਲ ਆਉਂਦਾ ਫਿਰ ਨਜ਼ਾਰਾ ਆਉਂਦਾ, ਜਾਂ ਲਾਉਂਦੇ ਨਾ ਦੋ ਦੋ ਢਾਈ ਢਾਈ ਮਿੰਟ, ਉਹ ਭਾਈ ਦੇਖੀ ਵੇ ਕਿੱਧਰੋਂ ਆਈਆਂ ਨਾ, ਜਾਂ ਢਾਈ ਢਾਈ ਤਿੰਨ ਤਿੰਨ ਮਿੰਟ ਲਾਉਂਦੇ ਨਾ ਯਾਰ, ਫਿਰ ਝਿੜ ਚੜ੍ਹਦੀ ਵੀ ਕਾਹਦਾ ਫਾਸਟ ਹੈਗਾ ਇਹ। ਟਰੱਕ ਇੰਨੇ, ਸਹੀ ਗੱਲ ਆ, ਟਰੱਕ ਇੰਨੇ ਸੋਟ ਦੇ ਭਾਅ ਜੀ ਯਾਰ, ਕਾਹਦੀ ਮਿੱਟੀ ਆ, ਸੁਣਾ ਦੋ ਗਾਣਾ ਯਾਰ ਭਾਅ ਜੀ। ਕਿਆ ਬਾਤ ਆ, ਲਹਿਰਾਂ ਬਹਿਰਾਂ ਨਜ਼ਾਰੇ ਆਏ ਫਿਰ, ਰੌਣਕ ਮੇਲਾ ਕਰਦੇ ਜਾਂਦੇ ਆਪਾਂ, ਗਾਣੇ ਗਾਉਂਦੇ ਜਾਂਦੇ, ਨਜ਼ਾਰੇ ਚਿੱਲ ਕਰਦੇ ਆ ਰਹੇ ਵਾਪਸ, ਚਿੱਲ ਕਰਦੇ। ਸਾਡਾ ਭਰਾ ਚੜ ਗਿਆ ਜਹਾਜ਼ 'ਚ, ਬਹਿ ਗਿਆ, ਸਾਨੂੰ ਫੋਟੋ ਪਾ ਦਿੱਤੀ ਆ, ਕੈਨੇਡਾ ਪਹੁੰਚ ਜਾਣਾ ਕੱਲ੍ਹ ਨੂੰ ਸਾਡੇ ਭਰਾ ਨੇ, ਅਸੀਂ ਪੂਰਾ ਚਿੱਲ ਕਰਦੇ ਆਉਂਦੇ। ਮੈਂ ਕਿਹਾ ਰਾਣੀ ਸੁੰਦਰਾ ਲਿਛ ਲਿਛ ਕਰਦੀ ਜਾਂਦੀ ਆ, ਚੌਹਤਰ ਸੋਲਾਂ ਲਿਛ ਲਿਛ, ਸਹੀ ਗੱਲ ਯਾਰ, ਬਹੁਤ ਰੋਇਆ ਯਾਰ, ਏਅਰਪੋਰਟ ਤੇ ਰੋਂਦੇ ਛੱਡ ਕੇ ਆਉਣੇ ਬੜੇ ਔਖੇ ਆ, ਗਾਣਾ ਕਿੱਦਾਂ, ਸਹੀ ਗੱਲ ਆ, ਰੋਂਦਾ ਰੋਂਦਾ ਇੰਨਾ ਰੋਇਆ, ਚੌਂਕੜੀ ਮਾਰ ਕੇ ਥੱਲੇ ਬਹਿ ਕੇ ਰੱਜ ਕੇ ਰੋਇਆ, ਕਹਿੰਦੇ ਰੋਂਦਾ ਰੋਂਦਾ ਬੁੜਿਆ ਨੀ ਤੇਰਾ ਯਾਰ ਜਲੰਧਰ ਤੋਂ, ਉਹ ਗਾਣਾ ਜਿੰਨਿਆਂ ਨੇ ਪਿਆਲਾ ਹੁੰਦਾ ਰੋਂਦਾ ਬੁੜਿਆ ਯਾਰ ਜਲੰਧਰ ਤੋਂ, ਇਧਰ ਤਾੜੀਆਂ ਵੱਜਦੀਆਂ ਬੁੜਿਆ ਭਾਏ ਤੂੰ ਮੁਰਸ ਤੋਂ। ਆ ਗਿਆ ਆਪਣੇ ਚੰਡੀਗੜ੍ਹ ਏਅਰਪੋਰਟ ਵਾਲਾ ਰੋਡ, ਇੱਥੋਂ ਹੈਗਾ ਸਿੱਧਾ ਹੀ ਇੱਧਰੋਂ ਜਾ ਕੇ ਨਾ, ਉਹ ਸਿੱਧਾ ਹੀ ਮੋਰੇ ਏਅਰਪੋਰਟ ਆ ਚੰਡੀਗੜ੍ਹ ਵਾਲਾ ਮੇਰੇ ਵੀਰਿਓ, ਹੁਣ ਆਪਾਂ ਜਾਣਾ ਹੈ ਵਿੱਚੋ ਵਿੱਚ ਵਿੱਚੋ ਵਿੱਚ ਸਿੱਧਾ ਕੁਰਾਲੀ ਨੂੰ, ਲਾਈਟਾਂ ਲੁੱਟਾਂ ਤਾਂ ਆਉਂਦੀਆਂ, ਮੈਂ ਵਿੱਚੋ ਵਿੱਚ ਇੱਧਰੋਂ ਬਾਹਰੋਂ ਬਾਹਰ ਕਾਹਦੇ ਜਾਣਾ ਹੈ, ਫਿਰ ਵਿੱਚੋਂ ਚੱਲਦੇ ਹਾਂ, ਨਾਲੇ ਰੋਡ ਵਧੀਆ, ਦੋ ਚਾਰ ਲਾਈਟਾਂ ਆ, ਉਹ ਕੋਈ ਇਸ਼ੂ ਨਹੀਂ ਹੈ। ਅਤੇ ਟਾਈਮ ਹੋ ਗਿਆ ਬਾਬੇ, ਉਹ 2 ਵੱਜਣ ਲੱਗੇ ਆ, ਅਤੇ ਮੈਨੂੰ ਲੱਗਦਾ 2:30 or 3 ਦੇ ਵਿੱਚ ਵਿੱਚ ਆਪਾਂ ਆਪਣੇ ਸ਼ਹਿਰ ਬਲਾਚੌਰ ਪਹੁੰਚ ਜਾਵਾਂਗੇ ਮੇਰੇ ਵੀਰਿਓ, ਪਹੁੰਚ ਜਾਵਾਂਗੇ, ਅਤੇ ਸਾਡਾ ਸੋਨੂੰ ਚੰਦ ਬਾਈ ਪਹੁੰਚੂਗਾ ਕੱਲ੍ਹ ਸ਼ਾਮ ਨੂੰ। ਚੰਡੀਗੜ੍ਹ ਖੜ੍ਹੇ ਹਾਂ ਯਾਰ, 1 ਮਿੰਟ ਦੀ ਲੇਟ ਹੋਈ ਆ, ਜਿਹੜੇ ਲੋਕਲ ਇੱਦਾਂ ਕੱਢੀ ਜਾਂਦੇ ਆ, ਰਿਸਕ ਲੈਣਾ ਚਾਹੀਦਾ ਮੇਰਾ ਭਰਾ, ਇੱਕ ਇੱਕ ਕਰਕੇ ਆਪਾਂ ਸਾਰੇ ਜੇ ਰੂਲ ਫੋਲੋ ਕਰਾਂਗੇ ਤਾਂ ਆਪਣਾ ਦੇਸ਼ ਸੁਧਰ ਜੂਗਾ ਯਾਰ, ਹਾਸੇ ਹੋਣ ਤੋਂ ਬਚ ਜੂਗਾ, ਜੇ ਆਪਾਂ ਰੂਲ ਨਹੀਂ ਫਾਇਦਾ ਕਰਦੇ, 2 ਮਿੰਟ ਦੀ ਕਾਹਲੀ ਨੇ ਕੋਈ ਫਰਕ ਨਹੀਂ ਪੈਣਾ, ਉਹ ਬੰਦੇ ਉੱਥੇ ਜਾਂਦੇ ਆ, ਆਪਾਂ ਹੁਣ ਇਹਨਾਂ ਦੇ ਵਿੱਚ ਬਾਅਦ 40-50 ਸੈਕਿੰਡ ਬਾਅਦ 'ਚ ਤੁਰਨਾ, ਪਰ ਉਹਨੂੰ ਅਗਾਂਹ ਜਾ ਕੇ ਆਪਾਂ ਪਾਸਿੰਗ ਵੀ ਕਰ ਲੈਣਾ, ਤਾਂ 2 ਮਿੰਟ ਦੀ ਕਾਹਲੀ ਨੇ ਕੋਈ ਫਰਕ ਨਹੀਂ ਪੈਣਾ ਮੇਰਾ ਭਰਾ, ਜ਼ਿੰਦਗੀ ਨੇ ਕੋਈ ਚੀਜ਼ ਚੰਗੀ ਨਹੀਂ ਯਾਰ, ਅਤੇ ਰੂਲ ਫੋਲੋ ਕਰਿਆ ਕਰੋ ਇੱਕ ਇੱਕ ਕਰਕੇ ਸਾਰੇ, ਤਾਂ ਹੀ ਯਾਰ ਆਪਣਾ ਦੇਸ਼ ਸੁਧਰੂਗਾ। ਬਾਬੇ ਉਹ ਕਰੋ ਦਰਸ਼ਨ ਗੁਰਦੁਆਰਾ ਸੋਹਾਣਾ ਸਾਹਿਬ ਦੇ, ਵਾਹਿਗੁਰੂ ਜੀ ਵਾਹਿਗੁਰੂ, ਮੇਰੇ ਭਰੇ ਹੱਥ ਰੱਖੀ ਬਾਬਾ ਜੀ ਸਾਡੇ 'ਤੇ ਵੀ ਅਤੇ ਤੁਹਾਡੇ 'ਤੇ ਵੀ, ਚੜ੍ਹਦੀ ਕਲਾ 'ਚ ਰੱਖੀ ਬਾਬਾ, ਸਾਰੇ ਪੀਰਾਂ ਭਰਾਵਾਂ ਭੈਣਾਂ ਲੈ ਮੈਂ ਮਿੱਤਰਾਂ, ਫਾਈਨਲੀ ਘੁੰਮਦੇ ਘੁੰਮਾਉਂਦੇ ਪਹੁੰਚ ਗਏ ਆਪਣੇ ਟੋਲ ਪਲਾਜੇ 'ਤੇ, ਸੋਲਖੀਆਂ ਰੋਪੜ ਪਹੁੰਚਣ ਲੱਗੇ ਹਾਂ, ਰੋਪੜ ਸਮਝ ਲਓ ਐਂਟਰੀ ਕਰੇ ਕਰਨੇ ਲੱਗੇ 5 ਮਿੰਟ 'ਚ, ਅਤੇ 2:19 ਹੋ ਗਏ, ਉਹ 3:30 ਦੇ ਵਿੱਚ ਆਪਾਂ ਘਰ ਪਹੁੰਚ ਜਾਣਾ, ਫਿਰ ਬਲੌਗ ਕਰਨਾ ਆਪਾਂ ਸਮਾਪਤ, ਗੱਲੀ ਬਾਤੀ ਟਾਈਮ ਹੀ ਨਹੀਂ ਲੱਗਿਆ, ਪਤਾ ਨਹੀਂ ਕਦ ਪਹੁੰਚ ਗਏ, ਨਹੀਂ ਨਹੀਂ ਇੱਧਰੋਂ ਕੱਢ ਲਈ ਭਾਅ, ਪਤਾ ਨਹੀਂ ਲੱਗਿਆ ਗੱਲੀ ਬਾਤੀ ਰੌਣਕ ਮੇਲਾ ਕਰਦੇ ਕਰਦੇ ਇੱਥੇ ਪਹੁੰਚ ਗਏ ਹਾਂ, ਅਤੇ ਟੋਲ ਕਟਾ ਗਿਆ ਸਿੱਧੀ ਗੱਡੀ, ਇਹਦੇ ਵਿੱਚੋਂ ਇੱਕ ਲਾਸਟ ਟੋਲ ਪਲਾਜ਼ਾ ਰਹਿ ਗਿਆ ਆਪਣੇ ਬੱਚੂ ਵਾਲਾ ਪਨਿਆਲੀਆਂ ਵਾਲਾ, 1200 ਤਾਂ ਸਾਡੇ ਟੋਲ ਲੈ ਜਾਂਦੇ
ਚੱਕਦਾ ਚੱਕਦਾ ਇਹਨੂੰ ਕਹਿੰਦੇ ਫਾਸਟ ਟੈਗ ਸਹੀ ਗੱਲ ਇੱਕ ਫਾਸਟ ਟੈਗ ਜਿਹੜਾ ਲਵਾਇਆ ਨਾ ਯਾਰ ਇਹਦੇ ਪਿੱਛੇ ਕੋਈ ਸਕੈਨਰ ਆ ਜੇ ਆਪਾਂ ਗੂਗਲ ਪੇ ਤੋਂ ਪੈਸੇ ਪਾਉਣੇ ਇਹਦੇ ਵਿੱਚ ਸਿੱਧੇ ਪੈ ਜਾਣੇ ਅਕਾਊਂਟ ਬਣਾਉਣ ਦੇ ਆਹਾਂ ਕ੍ਰਿਸਟਲ ਦੀ ਗੱਲਬਾਤ ਇੰਨੀ ਵਧੀਆ ਲੱਗੀ ਨਾ ਮੋਰਟਲ ਤੋਂ ਪਾਣੀ ਲਿਆ ਸੀ ਆਪਾਂ ਦੋ ਬੋਤਲਾਂ ਫਰਿੱਜ ਚ ਲਾਈਆਂ ਵਾ ਠੰਡਾ ਪਾਣੀ ਪਿਆ ਹਰੇ ਤੱਕ ਵੀ ਇੰਨਾ ਨਜ਼ਾਰਾ ਨਾ ਕ੍ਰਿਸਟਲ ਯਾਰ ਆ ਤਾਂ ਮੈਂ ਕਿਹਾ ਦੁੱਖ ਤੋੜਦੇ ਦੁੱਖ ਲੈ ਵੇ ਮਿੱਤਰਾ ਲਾਸਟ ਟੋਲ ਪਲਾਜ਼ਾ ਆ ਗਿਆ ਆਪਣਾ ਲੋਕਲ ਬੱਛੂਆਂ ਪਿੰਡ ਪਨਿਆਲੀ ਵਾਲਾ ਅਤੇ ਆਹ ਕਰੋਸ ਕਰਕੇ ਆਪਾਂ ਪਹੁੰਚ ਜਾਣਾ ਆਪਣੇ ਸ਼ਹਿਰ ਵਾਲਾ ਚੌਰ ਮੇਰੇ ਵੀਰੋ ਲੋਕਲ ਕਹਿ ਕੇ ਮੰਗਾ ਕੇ ਦੇਖਦੇ ਹਾਂ ਨਿਕਲੀ ਨਹੀਂ ਭਾਈ ਇਹ ਕਮਰਸ਼ੀਅਲ ਅਤੇ ਬਾਕੀ ਇਸ ਗੱਲ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਤੇ ਵੀਡੀਓ ਕਰਿਓ ਲਾਈਕ ਅਤੇ ਕੰਮ ਕਹਿੰਦਾ ਤਾੜੀਆਂ ਮਾਰ ਕੇ ਮੇਰਾ ਭਰਾ ਕਮੈਂਟ ਕਰਿਓ ਅਤੇ ਲੈ ਵੇ ਮਿੱਤਰਾ ਚੱਕਦੇ ਫਾਸਟ ਟੈਗ ਬਾਈ 7400 ਆ ਗਿਆ ਰਾਣੀ ਸੁੰਦਰਾ ਲਿਚ ਲਿਚ ਕਰਦੀ ਆ ਗਿਆ ਰਾਣੀ ਲਿਚ ਲਿਚ ਚੱਕਦੇ ਭਾਈ ਸੋਹਣਾ ਛੱਡਿਓ ਚਾਰ ਪੰਜ ਕਮੈਂਟ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਕਰੀਏ ਕੰਟੈਂਟ ਨਾਲ ਜਦ ਤੱਕ ਸਤਿ ਸ੍ਰੀ ਅਕਾਲ ਬਾਬਿਓ।